ਸਤਿ ਸ਼੍ਰੀ ਅਕਾਲ ਪੰਜਾਬ ਮੈਂ ਅਨਕੁਸ਼ ਗਿੱਲ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬ ਅਡਾ 247 ਦੇ ਚੈਨਲ ਉਤੇ ਤੁਹਾਡਾ ਆਪਣਾ ਚੈਨਲ ਜਿਹੜਾ ਕਿ ਤੁਹਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਹਰ ਇੱਕ ਕੰਪੈਰੀਟਿਵ ਐਗਜ਼ਾਮ ਦੀ ਤਿਆਰੀ ਕਰਾਉਂਦਾ ਹੈ ਤੇ ਦੇਖਦੇ ਕੀ ਪਏ ਹੋ ਬਈ ਫੜਾ ਫੜ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਹਾਂਜੀ ਪੰਜਾਬ ਐਕਸਾਈਜ਼ ਇਨਸਪੈਕਟਰ ਦਾ ਬੈਚ ਹੈ ਜਿਹਦੇ ਵਿੱਚ ਐਕਸਕਲੂਸਿਵਲੀ ਮੈਂ ਪੰਜਾਬ ਐਕਸਾਈਜ਼ ਇਨਸਪੈਕਟਰ ਜਾਂ ਕਿਸੇ ਹੋਰ ਜਿਹੜਾ ਹੈ ਕੋਈ ਵੀ ਪੇਪਰ ਹੈ ਅਸੀਂ ਥੋੜੀ ਬਹੁਤੀ ਉਹਨਾਂ ਦੀ ਵੀ ਅਸੀਂ ਜਿਹੜੇ ਨਾਲ ਕੁਐਸਚਨਸ ਦੇਖਦੇ ਹਾਂ ਪਰ ਪੰਜਾਬ ਐਕਸਾਈਜ਼ ਇਨਸਪੈਕਟਰ ਦਾ ਐਕਸਕ ਬਾਤ ਚਲਦਾ ਹੈ ਸਾਰੇ ਐਸਪੀਰੈਂਟ ਜਿਹੜੇ ਪੰਜਾਬ ਐਕਸਾਈਜ਼ ਇਨਸਪੈਕਟਰ ਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਵਾਸਤੇ ਮੈਂ ਸ਼ੁਰੂ ਤੋਂ ਜਦੋਂ ਤੋਂ ਸਟਾਰਟ ਹੋਈ ਹੈ ਕਲਾਸ ਮੈਂ ਕਨਸੈਪਟ ਵਾਈਜ਼ ਹਰ ਇੱਕ ਇੰਗਲਿਸ਼ ਗ੍ਰਾਮਰ ਦਾ ਜਿਹੜਾ ਆਲਮੋਸਟ ਹਰ ਇੱਕ ਜਿਹੜਾ ਕਨਸੈਪਟ ਜਿਹੜਾ ਮੈਂ ਕਵਰ ਕੀਤਾ ਹੈ ਅਗਰ ਤੁਸੀਂ ਮੇਰੀ ਕਲਾਸ ਤੇ ਪਹਿਲੀ ਵਾਰ ਹੀ ਆਏ ਹੋ ਤੇ ਬੱਚੇ ਅੱਜ ਜਿਹੜੀ ਹੈ ਆਪਾਂ ਪ੍ਰੈਕਟਿਸ ਸੈੱਟ ਕਰਨਾ ਹੈ ਔਰ ਅਗਰ ਤੁਸੀਂ ਕਨਸੈਪਟਸ ਦੀ ਕਲਾਸ ਦੇਖਣਾ ਚਾਹੁੰਦੇ ਹੋ ਤੇ ਮੇਰੀ ਸਾਰੀ ਜਿਹੜੀ ਕਨਸੈਪਟਸ ਵਾਲੀਆਂ ਕਲਾਸਿਸ ਨੇ ਡਿਸਕ੍ਰਿਪਸ਼ਨ ਬਾਕਸ ਤੇ ਤੁਹਾਨੂੰ ਲਿਸਟ ਜਿਹੜੀ ਆ ਮਿਲ ਜਾਏਗੀ ਠ ਕਵਰ ਕੀਤਾ ਹੋਇਆ ਤੇ ਹੁਣ ਬੱਚੇ ਟਾਈਮ ਆ ਗਿਆ ਹੈ ਸਾਡਾ ਪ੍ਰੈਕਟਿਸ ਲਾਣ ਦਾ ਹਮੇਸ਼ਾ ਮੈਂ ਕਹਿੰਨੀ ਆਪਣੇ ਹਰ ਸੈਸ਼ਨ ਚ ਕਹਿੰਨੀ ਹੈ ਈਵਨ ਬਾਚਸ ਵੀ ਕਹਿੰਨੀ ਆ ਕਿ ਬੱਚੇ ਪ੍ਰੈਕਟਿਸ ਲਾਣਾ ਬਹੁਤ ਜ਼ਰੂਰੀ ਹੈਗਾ ਤੁਸੀਂ ਮੌਕ ਟੈਸਟ ਨਹੀਂ ਲਗਾਉਂਦੇ ਕੁਸ਼ਨਸ ਦੀ ਅਗਰ ਤੁਸੀਂ ਪ੍ਰੈਕਟਿਸ ਨਹੀਂ ਕਰਦੇ ਤੇ ਕੋਈ ਫਾਇਦਾ ਨਹੀਂ ਹੈ ਬੱਚੇ ਐਗਜ਼ਾਮ ਕਦੀ ਵੀ ਐਗਜ਼ਾਮ ਜਿਹੜਾ ਹੈ ਸਿਰਫ ਕਨਸੈਪਟ ਦੇ ਬਲ ਬੁੱਤੇ ਤੇ ਆਪਾਂ ਨਹੀਂ ਗੱਡ ਸਕਦੇ ਅਸੀਂ ਹਮੇਸ਼ਾ ਜਿਹੜਾ ਕੋਈ ਵੀ ਐਗਜ਼ਾਮ ਹੈ ਅਸੀਂ ਕਿੱਦਾਂ ਕਰਾਂਗੇ ਜਿਨ੍ਹਾਂ ਚ ਕਿ ਅਸੀਂ ਮੌਕ ਟੈਸਟ ਨਹੀਂ ਲੈਣੇ ਅਗਰ ਤੁਹਾਡੇ ਮਨ ਲੋਕ ਅਗਰ 2 ਮਹੀਨਿਆਂ ਦੇ ਅੰਦਰ ਪੇਪਰ ਹੈ ਤੇ 2 ਮਹੀਨਿਆਂ ਦਾ ਮਤਲ ਜਿਹੜੇ ਅਟ ਲੀਸਟ ਤੁਹਾਨੂੰ 200 300 400 ਜਿਹੜਾ ਸੈਟ ਲਾ ਲੈਣੇ ਚਾਹੀਦੇ ਨੇ ਸਿਰਫ ਔਰ ਸਿਰਫ ਮੌਕ ਦੇ ਠੀਕ ਹੈ ਔਰ ਹਰ ਇੱਕ ਮੌਕ ਦੇ ਜਿਹੜਾ ਤੁਹਾਨੂੰ ਹੈ ਉਹਦਾ ਪਤਾ ਹੋਣਾ ਚਾਹੀਦਾ ਹਰ ਇੱਕ ਮੌਕ ਦੇ ਤੁਸੀਂ ਅਨਾਲਿਸਿਸ ਕਰੋਗੇ ਆਪਣੇ ਕੁਐਸਚਨਸ ਦੇਖੋਗੇ ਕਿੰਨਾ ਹੈ ਕਿੰਨਾ ਨਹੀਂ ਓਕੇ ਕਿੱਥੇ ਤੁਹਾਡਾ ਸਟਰੋਂਗ ਪੁਆਇੰਟ ਹੈ ਕਿੱਥੇ ਵੀਕ ਪੁਆਇੰਟ ਹੈ ਤੇ ਹੁਣ ਜਿਹੜਾ ਪੰਜਾਬ ਐਕਸਾਈਜ਼ ਇਨਸਪੈਕਟਰ ਇਥੇ ਵੀ ਮੈਂ ਹੁਣ ਦੇਖਾਂਗੇ ਕੁਝ ਦਿਨਾਂ ਤੱਕ ਅਸੀਂ ਜਿਹੜੀ ਪ੍ਰੈਕਟਿਸ ਸੈਟ ਲੇ ਜਿਹੜੇ ਲਗਾਵਾਂਗੇ ਜਿਹੜੇ ਬਹੁਤ ਇੰਪੋਰਟੈਂਟ ਹੋਣ ਵਾਲੇ ਆ ਕੁਐਸਚਨਸ ਜਿਹੜੇ ਕੁਝ ਪ੍ਰੀ ਯਾਪਾ ਦੇਖੇਂ ਕਾਮਨਲੀ ਜਿਹੜੀਆਂ ਆ ਸਕਦੀਆਂ ਨੇ ਪੈਟਰਨ ਅਸੀਂ ਦੇਖਾਂਗੇ ਜਿਹੜਾ ਆ ਸਕਦਾ ਹੈ ਲੈਵਲ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਤਿਆਰੀ ਕਰਾਂਗੇ ਬਈ ਪ੍ਰੈਕਟਿਸ ਸੈਟਸ ਦੀ ਠੀਕ ਹੈ ਤੇ ਇਸੇ ਦੇ ਨਾਲ ਅਗਰ ਤੁਸੀਂ ਬੱਚੇ 2 ਮਿੰਟ ਲਵਾਂਗੇ ਕਿ ਅਗਰ ਤੁਸੀਂ ਮੌਕ ਟੈਸਟ ਜਿਹੜੀ ਹੈ ਖੁਦ ਲਗਾਉਣਾ ਚਾਹੁੰਦੇ ਹੋ ਤਾਂ ਉਹਦੇ ਬਾਅਦ ਸੇ ਬੱਚਾ ਤੁਸੀਂ ਕੀ ਕਰਨਾ ਹੈ ਦੇਖੋ ਮੌਕ ਟੈਸਟ ਜਿੱਦਾਂ ਮੈਂ ਕਹਾਂ ਕਿ ਬਹੁਤ ਇੰਪੋਰਟੈਂਟ ਹੈ ਠੀਕ ਹੈ ਉਹਦੇ ਬਾਅਦ ਸੇ ਜਿਹੜੀ ਪੰਜਾਬ ਵੱਡਾ 247 ਤੇ ਬੱਚਾ ਜਿਹੜੀ ਹੈ ਟੈਸਟ ਪੈਕਸ ਸਾਡੇ ਕੋਲ ਪਏ ਆ ਔਰ ਇੱਕ ਜਿਹੜੀ ਬਹੁਤ ਵਧੀਆ ਗੱਲ ਹੋਈ ਹੈ ਜਿਹੜੀ ਖਾਲੀ ਦੇ ਵਿੱਚ ਉਹ ਐ ਹੈ ਕਿ ਬਈ ਜਿਹੜਾ ਟੈਸਟ ਪੈਕ ਹੈ ਠੀਕ ਹੈ ਜਿਹੜਾ ਟੈਸਟ ਪੈਕ ਹੈ ਉਰ ਤੇ ਚੱਲ ਰਹੀ ਹੈ ਬਈ ਡਬਲ ਵੈਲਿਡਿਟੀ ਉੱਥੇ ਕੀ ਚੱਲ ਰਹੀ ਹੈ ਡਬਲ ਵੈਲਿਡਿਟੀ ਔਰ ਇਹਦੇ ਵਿੱਚ ਤੁਹਾਨੂੰ ਕਿੰਨੇ ਟੈਸਟ ਮਿਲਨੇ ਆ ਬੱਚੇ ਇਹਦੇ ਵਿੱਚ ਤੁਹਾਨੂੰ 500 ਪਲੱਸ ਜਿਹੜੇ ਆ ਟੈਸਟ ਮਿਲਨੇ ਆ ਕਿੰਨੇ ਮਿਲਨੇ ਆ 500 500 ਪਲੱਸ ਜਿਹੜੇ ਆ ਤੁਹਾਨੂੰ ਇਹਦੇ ਵਿੱਚ ਟੈਸਟ ਮਿਲਣਗੇ ਪ੍ਰੈਕਟਿਸ ਸੈਟਸ ਮਿਲਣਗੇ ਜਿਹੜੇ ਕਿ ਤੁਸੀਂ ਲਗਾਣੇ ਆ ਓਕੇ ਤੇ ਹੁਣ ਇਹਦੇ ਵਿੱਚ ਕੀ ਹੈ ਜਿੱਦਾਂ ਮੈਂ ਕਿਹਾ ਕਿ ਡਬਲ ਵੈਲਿਡਿਟੀ ਚੱਲ ਰਹੀ ਹੈ ਔਰ 399 ਇਹਦਾ ਪ੍ਰਾਈਸ ਹੈ ਤੁਸੀਂ ਵਿਊ ਆਫਰਸ ਤੇ ਜਾਓਗੇ ਵਿਊ ਆਫਰਸ ਤੇ ਜਾ ਕੇ ਤੁਸੀਂ ਇੱਕ ਡਿਸਕਾਊਂਟ 쿠ਪਨ ਲਗਾ ਸਕਦੇ ਹੋ ਬੱਚੇ ਕਿਹੜਾ Y539 Y539 ਤੁਸੀਂ 쿠ਪਨ ਕੋਡ ਲਗਾਓਗੇ ਔਰ ਨੂੰ ਅਪਲਾਈ ਕਰੋਗੇ ਔਰ ਦੇਖੋਗੇ ਕਿ ਭਈ ਇਹ ਜਿਹੜਾ ਟੈਸਟ ਪੈਕ ਹੈ ਜਿਹਦੇ ਤੇ ਡਬਲ ਵੈਲਿਡਿਟੀ ਚੱਲ ਰਹੀ ਹੁਣ ਮੈਂ ਦੱਸਾਂਗੀ ਕਿ ਡਬਲ ਵੈਲਿਡਿਟੀ ਦਾ ਕੀ ਫਾਇਦਾ ਔਰ ਕਿਉਂ ਹੈ ਜ਼ਰੂਰੀ ਹੈ ਸੌਰੀ ਇੱਥੇ ਐਸ ਵੀ ਆਣਾ ਸੌਰੀ ਐਸ ਆਣਾ ਟੈਸਟ ਸੀਰੀਜ਼ ਆ ਨਾ ਟੈਸਟ ਸੀਰੀਜ਼ ਆ ਤੇ 539 ਦੇ ਨਾਲ ਤੁਸੀਂ ਕੀ ਲਗਾਣਾ ਹੈ ਐਸ ਲਗਾਣਾ ਹੈ ਫੇਰ ਆਏਗਾ ਭਈ ਅਪਲਾਈ ਫੇਰ ਉੱਥੇ ਹੋਏਗਾ ਤੇ ਇਹ ਕਿੰਨੇ ਦੀ ਪੈ ਗਈ ਤੁਹਾਨੂੰ ਓਨਲੀ 331 ਓਨਲੀ ਕਿੰਨੇ ਦੀ ਪੈ ਗਈ ਹੈ ਤੁਹਾਨੂੰ 331 ਦੀ ਦੇਖੋ 331 ਦੀ ਤੁਹਾਨੂੰ ਇਹ ਟੈਸਟ ਸੀਰੀਜ਼ ਪੈ ਗਈ ਔਰ ਇਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਉਦਾਂ ਹੀ ਦੱਸਿਆ ਕਿ 500 ਪਲੱਸ ਜਿਹੜੇ ਇਹਦੇ ਵਿੱਚ ਤੁਹਾਨੂੰ ਟੈਸਟ ਮਿਲਣਗੇ 500 ਪਲੱਸ ਟੈਸਟ ਮਿਲਣਗੇ ਹੁਣ ਇਹਦਾ ਵੈਲਿਡਿਟੀ ਕੀ ਹੈ ਇਹਦੀ ਵੈਲਿਡਿਟੀ ਹੈ ਬਈ 24 ਮੰਥ ਹੁਣ 24 ਮੰਥ ਦਾ ਕੀ ਮਤਲਬ ਹੈ ਕਿ ਅਗਰ 500 ਟੈਸਟ ਸਾਡੇ ਕੋਲ ਆਲਰੇਡੀ ਨੇ ਅਗਰ 500 ਟੈਸਟ ਸਾਡੇ ਕੋਲ ਆਲਰੇਡੀ ਨੇ ਤਾਂ 2 ਸਾਲਾਂ ਵਾਸਤੇ ਅੱਗੇ ਜਿੰਨੇ ਵੀ ਇਹਦੇ ਵਿੱਚ ਟੈਸਟ ਹੋਣੇ ਆ ਜਿੰਨੇ ਵੀ ਟੈਸਟ ਇਹਦੇ ਵਿੱਚ ਜਿਹੜੇ ਐਡ ਹੁੰਦੇ ਜਾਣੇ ਆ ਉਹ ਆਲਰੇਡੀ ਤੁਹਾਨੂੰ ਕੀ ਮਿਲ ਜਾਣਾ ਉਹਨਾਂ ਦਾ ਫ੍ਰੀ ਐਕਸੈਸ ਮਿਲੇਗਾ 2 ਸਾਲਾਂ ਵਾਸਤੇ ਇਸ ਕਰਕੇ ਇਸ ਓਪਰਚੁਨਿਟੀ ਨੂੰ ਜ਼ਰੂਰ ਗ੍ਰੈਬ ਕਰਨਾ ਪੈਸੇ ਕਿੰਨੇ ਆ ਯਾਰ 3 31 ਹੈ ਤੇ 2 ਸਾਲਾਂ ਵਾਸਤੇ ਜਿੰਨੇ ਵੀ ਇਹਦੇ 500 ਪਲੱਸ ਦੇ ਵਿੱਚ ਜਿੰਨੇ ਮੌਕ ਇਹਦੇ ਵਿੱਚ ਜਿਹੜੇ ਟੈਸਟ ਜੜੇ ਆ ਉਹ ਐਡ ਹੁੰਦੇ ਜਾਣਗੇ ਉਹ ਸਾਰੇ ਤੁਹਾਨੂੰ ਫ੍ਰੀ 'ਚ ਤੁਸੀਂ ਐਕਸੈਸ ਕਰ ਸਕਦੇ ਹੋ ਤੇ ਇਸ ਕਰਕੇ ਜ਼ਰੂਰ ਬੱਚੇ ਇਹ ਜਿਹੜਾ ਹੈ ਤੁਸੀਂ انرੋਲ ਕਰਨਾ ਬਾਕੀ ਅੱਗੇ ਤੁਹਾਡੀ ਮਰਜ਼ੀ ਹੈ ਚਲੋ ਹੁਣ ਆਪਾਂ ਸੈਸ਼ਨ ਸਟਾਰਟ ਕਰਦੇ ਹਾਂ ਬਹੁਤ ਇੰਪੋਰਟੈਂਟ ਸੈਸ਼ਨ ਹੈ ਸਾਡਾ ਪ੍ਰੈਕਟਿਸ ਸੈਟ ਹੈ ਅਸੀਂ ਇੰਪੋਰਟੈਂਟ ਕੁਐਸ਼ਨਸ ਇਹਦੇ ਵਿੱਚ ਦੇਖਾਂਗੇ ਕਿਹੜੇ-ਕਿਹੜੇ ਹੋ ਸਕਦੇ ਆ ਚਲੋ ਬਾਈ ਸਟਾਰਟ ਕਰਦੇ ਹਾਂ ਸੈਸ਼ਨ ਹੁਣ ਸੈਸ਼ਨ ਨੂੰ ਸਟਾਰਟ ਇੱਕ ਹੋਰ ਡਬਲ ਵੈਲਿਡਿਟੀ ਵੀ ਚੱਲ ਰਹੀ ਆ ਬੱਚੇ ਡਬਲ ਵੈਲਿਡਿਟੀ ਮਹਾ ਪੈਕ ਤੇ ਚੱਲ ਰਹੀ ਆ ਅਗਰ ਤੁਸੀਂ ਮਲਟੀਪਲ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੋ ਉਹਦੇ ਵਾਸਤੇ ਤੁਸੀਂ ਡਬਲ ਵੈਲਿਡਿਟੀ ਦਾ ਫਾਇਦਾ ਚੁੱਕ ਸਕਦੇ ਹੋ ਕੋਡ ਅਗੇਨ ਜਿਹੜਾ ਤੁਹਾਡੇ ਕੋਲ ਕੀ ਹੈ ਹੁਣ ਇੱਥੇ 539 ਲੱਗੇਗਾ ਕੱਲਾ 539 ਠੀਕ ਹੈ ਔਰ ਤੁਹਾਨੂੰ 77% ਜਿਹੜਾ ਇੱਥੇ ਡਿਸਕਾਊਂਟ ਮਿਲ ਜਾਏਗਾ ਪਲੱਸ 2 ਸਾਲਾਂ ਵਾਸਤੇ ਤੁਸੀਂ ਅਨਰੋਲ ਹੋ ਜਾਓਗੇ ਚਲੋ ਬਈ ਹੁਣ ਆਪਾਂ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਸਨਾਉ ਉਹਨਾਂ ਵਾਸਤੇ ਹੈ ਨਾ ਟੈਸਟ ਉਹਨਾਂ ਨੂੰ ਤਾਂ ਐਕਸੈਸ ਹੈਗਾ ਉਹਨਾਂ ਵਾਸਤੇ ਨਹੀਂ ਹੈ ਜਿਨ੍ਹਾਂ ਨੇ ਮਹਾਪੈਗ ਲਿੱਤਾ ਹੋਇਆ ਉਹਨਾਂ ਕੋਲ ਤਾਂ ਹੈਗਾ ਐਕਸੈਸ ਉਹਨਾਂ ਨੂੰ ਲੈਣ ਦੀ ਲੋੜ ਨਹੀਂ ਆ ਆਲਰੇਡੀ ਤੁਸੀਂ ਦੇਖੋਗੇ ਤੁਹਾਨੂੰ ਐਕਸੈਸ ਮਿਲੇਗਾ ਉਹਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੋ ਲੋ ਬਈ ਫਰਸਟ ਕੁਐਸਚਨ ਦੇਖੋ ਬੱਚੇ ਅੱਜ ਦਾ ਫਰਸਟ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਆਉਣ ਵਾਲਾ ਹੈ ਫਰਸਟ ਕੁਐਸਚਨ ਦੇਖੋ ਹੁਣ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਹੈ ਲੌਜੀਕਲ ਆਰਡਰ ਦੇ ਵਿੱਚ ਤੁਸੀਂ ਸੈਂਟੈਂਸਸ ਨੂੰ ਲਗਾਉਣਾ ਸੜੇ ਕੋ 4 ਸੈਂਟੈਂਸਸ ਪੇਪਰ ਦੇ ਵਿੱਚ ਕੀ ਹੋਏਗਾ ਜੰਬਲ ਸੈਂਟੈਂਸ ਜਿਹੜੇ ਸਿਲੇਬਸ ਦੇ ਵਿੱਚ ਉਹਨਾਂ ਨੇ ਪਾਏ ਹੋਏ ਆ ਕੀ ਹੋ ਸਕਦਾ ਹੈ ਇਹਦੇ ਵਿੱਚ ਕਿ 4 ਸੈਂਟੈਂਸਸ ਹੋਣਗੇ ਜਾਂ 5 ਹੋਣਗੇ ਉਹਨਾਂ ਦਾ ਕੀ ਕਰਨਾ ਹੈ ਤੁਸੀਂ ਲੌਜੀਕਲ ਆਰਡਰ ਦੇ ਵਿੱਚ ਉਹਨਾਂ ਨੂੰ ਪਾਣਾ ਠੀਕ ਹੈ ਹੁਣ ਇਹ ਆਪਸ਼ਨਸ ਆ ਤੁਹਾਡੀਆਂ ਦੇਖ ਲਓ ਔਰ ਪਹਿਲੇ ਸੈਂਟੈਂਸ ਨੂੰ ਪੜ੍ਹਨਾ ਹੈ ਸੈਂਟੈਂਸ ਨੂੰ ਅਨਲਾਈਜ਼ ਕਰਨਾ ਜਿਹੜੇ ਐਸ ਵਾਲਾ ਹੈ ਨਾ ਉਹ ਇੱਥੇ ਲਿਖਿਆ ਗਿਆ ਮੇਰ ਕੋ ਚਲੋ ਕੋਈ ਗੱਲ ਨਹੀਂ ਇਹਨੂੰ ਐਜ਼ ਇਟ ਇਜ਼ ਹੀ ਤੁਸੀਂ ਪੜ ਲੈਣਾ ਚਲੋ ਕੀ ਹੈ ਦ ਕਾਪੀ ਆਫਟਰ ਰੀਡਿੰਗ ਹਰ ਕਮੈਂਡ ਆਈ ਫੀਲ ਲਾਈਕ ਯੂ ਡਿਡ ਲੀਵ ਆਈ ਡੂ ਅਗਰੀ ਵਿਦ ਰੋਮਾ ਬਟ ਸਿンス ਯੂ ਸੈਡ ਯੂ ਹੈਵ ਚੇਂਜਡ 2 ਪੁਆਇੰਟ ਆਊਟਰਾਇਟ ਬਿਫੋਰ ਯੂ ਗੈਟ ਇਨਟੂ ਅ ट्रांजिशन ਫਾਰ ਵਾਟ ਯੂ ਵਰ ਟਰਾਈਂਗ ਹਾਂਜੀ And the the copy after reading her command, I feel like you did leave. I do agree with Roma, but since you said you have changed to point out right before you get into a transition for what you were trying a hmm. s r p q q p s r कह रहे हो ए कह रहे हो b देखो भाई क्या आएगा आई डू एग्री विद रोमा बट सिंस यू सैड यू हैव चेंज कैं एग्री करता रोमा न बट सिंस यू सैट यू हैव चेंज ठीक है अगे की है द कॉपी आफ्टर रीडिंग अ कमेंट आई फील लाइक यू डिड लीव कतलब कि जो कॉपी सर रीडिंग कमेंट दो रीड करा तो बाद मैनू लगा कि तीन उतो चले गए ठीक है तो टू पॉइंट आउट अ ट्रांजिशन फॉर वट यू वर ट्राइंग एक ट्रांजिशन जी ट्राई ਕਰ ਰਹੇ ਸੀ ਵਟ ਫਾਰ ਵਟ ਯੂ ਵਰ ਟ੍ਰਾਈਂਗ ਟੂ ਪੁਆਇੰਟ ਆਊਟ ਰਾਈਟ ਬਿਫੋਰ ਯੂ ਗੈਟ ਇਨਟੂ ਮਤਲਬ ਉਹਨੂੰ ਪੁਆਇੰਟ ਆਊਟ ਉਸ ਚੀਜ਼ ਨੂੰ ਕਰਨ ਵਾਸਤੇ ਜਿਹਦੇ ਵਿੱਚ ਤੁਸੀਂ ਮਤਲਬ ਤੁਸੀਂ ਜਾਣਾ ਚਾਹੁੰਦੇ ਸੀ ਯੂ ਵਰ ਟ੍ਰਾਈਂਗ ਟੂ ਗੈਟ ਇਨਟੂ ਮਤਲਬ ਜਿਹਦੇ ਵਿੱਚ ਉਹ ਜਾਣਾ ਚਾਹੁੰਦਾ ਸੀਗਾ गुड आफ्टरनून ज्योति हाँ जी भाई एदा बई है करेक्ट जहाँ है ए ही आएगा क्यू पी एस आर ठीक है आई डू एग्री विद रोमा बट सिंस यू सैट यू हैव चेंज ठीक है एदा वन होएगा एंड उस तो बाद होएगा फिर वो कह रहा है कि वे कमेंट पढ़ने तो बाद आई फील लाइक यू डिड लीव टू आएगा नैक्सट है अ ट्रांजिशन फॉर वट्स यू वर ट्रॉइंग आएगा सा जरा को थर्ड आएगा एंड दिस विल बी द फोर्थ चलो इन द फॉलोइंग क्वेश्चन सम पार्ट ऑफ द सेंटेंस मे हैव एरर्स, फाइंड आउट पार्ट ऑफ द सेंटेंस द मिनिस्टर फॉर एजुकेशन वहमेंटली रिफ्यूज्ड द एलिगेशन दैट ही हैड टेकन ब्राइब्स ठीक है उन्हें मतलब बिल्कुल मना कर दिता साफ मना कर दिता कि मैं जनिया है ब्राइब्स ज नहीं लीत मिनिस्ट्री फॉर एजुकेशन ने <coughs> ਬਿਲਕੁਲ ਠੀਕ ਬੱਚੇ ਇੱਥੇ ਹੁਣ ਮਿਨਿਸਟਰੀ ਫੋਰ ਐਜੂਕੇਸ਼ਨ ਨਹੀਂ ਹੁੰਦਾ ਬਈ ਮਿਨਿਸਟਰੀ ਆਫ ਸਮਥਿੰਗ ਹੁੰਦਾ ਇਸ ਕਰਕੇ ਏ ਦੇ ਵਿੱਚ ਆਏਗੀ ਠੀਕ ਹੈ ਇੱਥੇ ਫੋਰ ਦੀ ਜਗ੍ਹਾ ਤੇ ਫੋਰ ਦੀ ਜਗ੍ਹਾ ਤੇ ਕੀ ਆਣਾ ਆਫ ਬਿਕੋਜ਼ ਮਿਨਿਸਟਰੀ ਆਫ ਡਿਫੈਂਸ ਮਿਨਿਸਟਰੀ ਆਫ ਐਜੂਕੇਸ਼ਨ ਮਿਨਿਸਟਰੀ ਆਫ ਏ ਮਿਨਿਸਟਰੀ ਆਫ ਬੀ ਮਿਨਿਸਟਰੀ ਆਫ ਸੀ ਠੀਕ ਹੈ ਚਲੋ ਨੈਕਸਟ ਦੇਖੋ ਅ देयर आर ਫੋਰ ਡਿਫਰੈਂਟ ਵਰਡਸ ਕਰੈਕਟਲੀ ਸਪੈਲਟ ਤੁਸੀਂ ਦੱਸਣਾ ਕਿ ਇਹਨਾਂ ਦੇ ਜੋ ਕਰੈਕਟਲੀ ਸਪੈਲਟ ਕਿਹੜਾ ਹੈ ए बी सी या डी ਜਿਹੜਾ ਕਰੈਕਟਲੀ ਸਪੈਲਟ ਹੋਏਗਾ ਉਹ ਹੀ ਤੁਸੀਂ ਦੱਸਣਾ ਹੂੰ ਠੀਕ ਹੈ ਮਿਨਿਸਟਰੀ ਆਫ ਉਹਦਾ ਠੀਕ ਸੀ ਮਿਨਿਸਟਰੀ ਆਫ ਦਾ ਨੈਕਸਟ ਦੇਖੋ ਕਰੈਕਟਲੀ ਸਪੈਲਟ ਵਰਡ ਦੱਸਣਾ ਬੱਚੇ ਇਹਦੇ ਵਿੱਚ ਸਹੀ ਹੋਏਗਾ ਧਿਆਨ ਨਾਲ ਪੜੋ ਧਿਆਨ ਨਾਲ ਉਹਨੂੰ ਦੇਖੋ ਐਂਡ ਦੈਨ ਆਨਸਰ ਕਰੋ ਕੀ ਹੋਏਗਾ ਇਹ ਸ਼ਿਕਾਟੂ ਵੀ ਓਨੈਸਟ ਮੈਨੂੰ ਵੀ ਨਹੀਂ ਲੱਭ ਰਹੀ ਉਹ ਬੜਾ ਲੱਭਿਆ ਮੈਂ ਪਤਾ ਨਹੀਂ ਸਾਈਟ 'ਚ ਸ਼ਾਇਦ ਕੁਝ ਗੜਬੜ ਚੱਲ ਰਹੀ ਹੈ ਕਿ ਉਹ ਲੋਡ ਨਹੀਂ ਹੋ ਰਹੀ ਤੁਸੀਂ ਨਾ ਇਹ ਕੰਮ ਕਰੋ ਸੈਸ਼ਨ ਖਤਮ ਹੋਣ ਤੋਂ ਬਾਅਦ ਨਾ ਯਸ਼ੀਕਾ ਉੱਥੇ ਇੱਕ ਕਮੈਂਟ ਛੱਡ ਦਿਓ ਤੁਹਾਨੂੰ ਲਿੰਕ ਪ੍ਰੋਵਾਈਡ ਕਰ ਦਿੱਤਾ ਜਾਏਗਾ ਕੋਸ਼ਿਸ਼ ਕਰਾਂਗੀ ਮੈਂ ਉਹ ਵੀ ਮੈਂ ਪ੍ਰੋਮਿਸ ਨਹੀਂ ਕਰਦੀ ਏ ਏ ਗਲਤ ਸੀ ਜਿਹੜੇ ਬੱਚੇ ਏ ਕਹਿ ਰਿਹਾ ਬੱਚੇ ਏ ਨਹੀਂ ਆ ਸੀ ਆ ਸੀ ਇਜ਼ ਅ ਰਾਈਟ ਆਂਸਰ ਨਹੀਂ ਪਰਮਜੀਤ ਇੱਥੇ ਭਈ ਏ ਸੀ ਆਏਗਾ ਇਨ ਐਡਵਰਟੈਂਸ ਠੀਕ ਹੈ ਈ ਦੇ ਨਾਲ ਹੁੰਦਾ ਨਾ ਕਿ ਏ ਦੇ ਨਾਲ ਹਾਂਜੀ ਸਿੱਧੂ ਸਾਹਿਬ ਬਿਲਕੁਲ ਇਦ ਨਾਲ ਆਣਾ ਇਨ ਅਡਵਰਟੈਂਸ ਹਾਂਜੀ ਇਨ ਅਡਵਰਟੈਂਸ ਆ ਕੀ ਮਤਲਬ ਹੁੰਦਾ ਬੱਚੇ ਇਨ ਅਡਵਰਟੈਂਸ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਨਾ ਪਲਾਨ ਨਹੀਂ ਹੁੰਦੀ ਜਿਦਾ ਅਨਪਲਾਨਡ ਠੀਕ ਹੈ ਕੋਈ ਚੀਜ਼ ਜਿਹੜੀ ਹੁੰਦੀ ਨਾ ਅਨਪਲਾਨਡ ਹੁੰਦੀ ਅਸੀਂ ਡੈਲੀਬਰੇਟਲੀ ਨਹੀਂ ਕਰਦੇ ਠੀਕ ਹੈ ਉਹਨੂੰ ਹੋਰ ਕੀ ਆਪਾਂ ਕਹਿ ਸਕਦੇ ਆ ਅਨਪਲਾਨਡ ਹੈ ਕੋਈ ਚੀਜ਼ ਅਨਇਨਟੈਂਸ਼ਨਲ ਹੈ ਠੀਕ ਹੈ ਸਾਡੀ ਕੋਈ ਇੰਟੈਂਸ਼ਨ ਨਹੀਂ ਸੀ ਉਹਨੂੰ ਕਰਨ ਦੀ ਅਨਇਨਟੈਂਸ਼ਨਲ ਠੀਕ ਹੈ ਇੱਕ ਐਵਰਡ ਯੂਜ਼ ਹੋ ਸਕਦਾ ਹੋਰ ਕਿਹੜਾ ਵਰਡ ਯੂਜ਼ ਹੋ ਸਕਦਾ ਐਕਸੀਡੈਂਟਲ ਠੀਕ ਹੈ ਇਹ ਸਾਰੇ ਉਹਦੇ ਕੀ ਆ ਜਾਣੇ ਸਿਨੋਨਿਮਸ ਐਕਸੀਡੈਂਟਲ ਅੱਛਾ ਬੱਚਾ ਇੱਕ ਹੋਰ ਮੈਂ ਹੁਣ ਕੰਮ ਕਰਨਾ ਹੈ ਪ੍ਰੈਕਟਿਸ ਸੈਟ ਹੈ ਤੁਹਾਨੂੰ ਕੁਐਸਚਨਸ ਚਾਹੀਦੇ ਆ ਤੇ ਹੁਣ ਮੈਂ ਕੰਮ ਕਰਾਂਗੀ ਕਿ ਸੈਸ਼ਨ ਦੇ ਐਂਡ ਤੋਂ ਬਾਅਦ ਨਾ ਡਿਸਕ੍ਰਿਪਸ਼ਨ ਬਾਕਸ ਇੱਕ ਦੋ ਘੰਟਿਆਂ ਤੱਕ ਜਿਹੜੇ ਹੋਏਗਾ ਟਾਈਮ ਲੱਗੇਗਾ ਥੋੜਾ ਜਿਹਾ ਕਿਉਂਕਿ ਕੰਟੈਂਟ ਟੀਮ ਕੋ ਜਾਣਦੀ ਹੈ ਫਿਰ ਉਹਨਾਂ ਨੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਾਣਾ ਹੁੰਦਾ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਿਆ ਜਿਹੜੀ ਪੀਡੀਐਫ ਫਾਰਮ ਦੇ ਵਿੱਚ ਪਾ ਦਾਂਗੀ ਠੀਕ ਹੈ ਉੱਥੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹਨੂੰ ਚਲੋ ਨੈਕਸਟ ਦੇਖੋ ਹੁਣ ਆ ਈਡੀਅਮ ਆ ਬੱਚੇ ਈਡੀਅਮ ਸੈਲਰ ਡੇਸ ਕੀ ਆਏਗਾ ਸੈਲਰ ਡੇਸ ਸੈਲਰ ਡੇਸ ਇਹ ਈਡੀਅਮ ਹੈ ਇਹਦਾ ਕੀ ਮਤਲਬ ਆਏਗਾ When you are having a salad days, when you are having salad days, Hanji, Rosie, without planning, Hanji. The period when you are having financial distress, the period when you are extremely rich, the period when you are successful in life, yam o oh, period when you are young and inexperienced. Welcome, Ji. ਹਾਂਜੀ ਨਿਰਮਲ ਡੋਂਟ ਵਰੀ ਉਹ ਵੀ ਕੰਮ ਚੱਲ ਰਿਹਾ ਹੈ ਔਰ ਤੇ ਐਕਚੁਅਲੀ ਕੀ ਹੋਇਆ ਮੈਨੂੰ ਬੱਚਿਆਂ ਨੇ ਯਾਦ ਨਹੀਂ ਦਿਲਾਇਆ ਮੈਂ ਕੀਪ ਤੇ ਕਰ ਦਿੱਤਾ ਬਟ ਆਈ ਥਿੰਕ ਮੈਂ ਉਹਨੂੰ ਸੇਵ ਨਹੀਂ ਕੀਤਾ ਤੇ ਹੁਣ ਨਾ ਮੈਂ ਉਹਨਾਂ ਨੂੰ ਯਾਰ

ਹਾਂ ਜੀ ਠੀਕ ਹੈ ਬੱਚੇ ਆਕਾਸ਼ ਬਿਲਕੁਲ ਠੀਕ ਆ ਭਾਈ ਯੰਗ ਐਂਡ ਇਨ ਐਕਸਪੀਰੀਐਂਸ ਜੇ ਤੁਸੀਂ ਯੰਗ ਐਂਡ ਇਨ ਐਕਸਪੀਰੀਐਂਸ ਹੁੰਦੇ ਹੋ ਨਾ ਕੇਅਰ ਫਰੀ ਹੁੰਦੇ ਹੋ ਆਪਣੇ ਯੂਥ ਦੇ ਵਿੱਚ ਹੁੰਦੇ ਹੋ ਜਿੱਦਾਂ ਤੁਸੀਂ ਸਾਰੇ ਜਣੇ ਯੰਗ ਤੇ ਇਨ ਐਕਸਪੀਰੀਐਂਸ ਹੋ ਹਨਾ ਮੈਚੁਰ ਨਹੀਂ ਆ ਚੀਜ਼ਾਂ ਦਾ ਪਤਾ ਨਹੀਂ ਬੇਇਜ਼ਤੀ ਕਰ ਰਹੀ ਵੈਸੇ ਮੈਂ ਨਹੀਂ ਨਹੀਂ ਬੱਚੇ ਸਾਰੇ ਤੁਸੀਂ ਬਹੁਤ ਐਕਸਪੀਰੀਐਂਸਡ ਹੋ ਸਾਰੇ ਬੜੇ ਸਮਝਦਾਰ ਹੋ ਬਟ ਉਹ ਉਹ ਵਾਲੀ ਹੁੰਦੀ ਹੈ ਸਪੈਮਸ ਕੋਨਾ ਥੋੜਾ ਮੋਨੀਟਰ ਕਰਵਾ ਦਿਓ ਲਗਾਤਾਰ ਆ ਰਹੇ ਹੈ ਠੀਕ ਹੈ बच्चे सॉरी मेरी कोई टेलीग्राम आईडी नहीं है चलो नेक्स्ट देखो आउट ऑफ फोर अल्टरनेटिव्स चूज द वन व्हिच कैन बी सब्स्टिट्यूटेड फॉर द गिवन वर्ड्स इन द क्वेश्चन डिफिकल्ट टू हैंडल इन इंट्रैक्टेबल इंटरडिक्ट इंडिग्नेशन हाँ जी डिफिकल्ट टू हैंडल जड़ी चीज़ कोई डिफिकल्ट टू हैंडल की कहेंगे ਹਾਂਜੀ ਹਾਂਜੀ ਹਿਮਾਂਸ਼ੂ ਡੀ ਹੀ ਆ ਕੀਤਾ ਤੇ ਆ ਟਿਕ ਮੈਂ ਡੀ ਡਿਫਿਕਲਟਸ ਟੂ ਹੈਂਡਲ ਇੰਟਰਸਟੇਟ ਫਿਫਥ ਦਾ ਡੀ ਨਕਾਸ਼ ਓਕੇ ਬੀ ਬੀ ਬਿਲਕੁਲ ਠੀਕ ਬੱਚੇ ਜਿਹੜੇ ਬੱਚੇ ਬੀ ਕਹਿ ਰਹੇ ਨੇ ਵੈਰੀ ਗੁੱਡ ਠੀਕ ਹੈ ਕੋਈ ਚੀਜ਼ ਜੋ ਡਿਫਿਕਲ ਟੂ ਹੈਂਡਲ ਹੁੰਦੀ ਆ ਉਹ ਕੀ ਹੁੰਦੀ ਆ ਸਾਡੇ ਕੋ ਇਨਟ੍ਰੈਕਟੇਬਲ ਠੀਕ ਹੈ ਇਨਟ੍ਰੈਕਟੇਬਲ ਚਲੋ ਨੈਕਸਟ ਦੇਖੋ ਇੰਪਰੂਵ ਦਾ ਬ੍ਰੈਕਟਡ ਪਾਰਟ ਆਫ ਦਾ ਸੈਂਟੈਂਸ ਠੀਕ ਹੈ ਇਹਦੇ ਵਿੱਚ ਸਾਡੇ ਕੋਲ ਬ੍ਰੈਕਟਡ ਪਾਰਟ ਹੈ ਬੱਚੇ ਇਹਦੇ ਵਿੱਚ ਤੁਸੀਂ ਓਵਲੇ ਪਾਰਟ ਨੂੰ ਇੰਪਰੂਵ ਕਰਨਾ ਹੈ ਠੀਕ ਹੈ ਸੈਂਟੈਂਸ ਇੰਪਰੂਵਮੈਂਟ ਦਾ ਹੈ ਉਸ ਪਾਰਟ ਨੂੰ ਤੁਸੀਂ ਇੰਪਰੂਵ ਕਰਨਾ ਹੈ ਦ ਸਟੋਰੇਜ ਆਫ ਈ ਸਿਗਰਟਸ ਸ਼ੈਲ ਨਾਊ ਬੀ ਪਨਿਸ਼ਡ ਵਿਦ ਇੰਪ੍ਰੀਜ਼ਨਮੈਂਟ ਆਫ ਅਪ ਟੂ 6 ਮੰਥਸ অর ਅ ਫਾਈਨ ਆਫ ਅਪ ਟੂ 5000 অর ਮੰਥ ਕਹਿੰਦਾ ਜਿਹੜਾ ਸਟੋਰੇਜ ਆਫ ਈ ਸਿਗਰੇਟਸ ਹੈ ਸ਼ਲ ਨਾਊ ਬੀ ਔਰ ਜਿਹੜੀ ਸਟੋਰੇਜ ਅਗਰ ਤੁਸੀਂ ਕਰੋਗੇ ਉਹਨੂੰ ਪਨਿਸ਼ ਕੀਤਾ ਜਾਏਗਾ ਇੰਪ੍ਰਿਜ਼ਨਮੈਂਟ ਹੋਏਗੀ ਕਿੰਨੇ ਦਿਨ 6 ਮਨਸ ਦੀ ਔਰ ਜਾਂ ਫਿਰ ਫਾਈਨ ਲੱਗੇਗਾ ਕਿੰਥੋਂ ਤੱਕ ਦਾ 50000 ਦਾ ਜਾਂ ਫਿਰ ਦੋਨੋਂ ਹੋ ਸਕਦੇ ਆ ਓਕੇ ਕੀ ਆਏਗਾ ਨਹੀਂ ਬਈ ਵੀਡੀਓ ਦੇ ਐਗਜ਼ਾਮ ਦੇ ਵਿੱਚ ਬੜੀ ਬੀਟ ਪਲੱਸ ਬੀ ਸ਼ੈਤਾਨੀ ਕਰ ਗਈ ਆ ਪਤਾ ਨਹੀਂ ਸ਼ੈਤਾਨੀ ਕਰ ਗਈ ਆ ਕਿ ਉਹਨਾਂ ਨੇ ਲੌਜੀਕ ਨਹੀਂ ਕੋਈ ਲਾਇਆ ਕਿ ਮੁਰਖਤਾ ਕੀਤੀ ਆ ਆਈ ਡੋਨਟ ਨੋ ਪਤਾ ਨਹੀਂ ਕੀ ਸੋਚ ਰਹੀ ਸੀ ਉਹ ਪਹਿਲੇ ਮੰਗਿਆ ਤੇ ਆ ਉਹਨਾਂ ਨੇ ਹਾਂ ਡਿਪਲੋਮਾ ਮੰਗਿਆ ਸਟਾਰਟਿੰਗ ਚ ਬੱਚ ਪਾਇਆ ਹੈ ਨਹੀਂ ਤੇ ਇੱਕ ਮੈਂ ਸੈਸ਼ਨ ਕਰਨਾ ਵਾ ਹੁਣੇ ਤੇ ਔਰ ਤੇ ਮੈਂ ਤੁਹਾਨੂੰ ਦੱਸੂਗੀ ਪनिश्ड ਵਿਦ 2 no improvement ਆਕਾਸ਼ ਨੂੰ ਧਿਆਨ ਨਾਲ ਪੜੋ ਜ਼ਰਾ ਪनिश्डਏਬਲ ਵਿਦ ਅੱਗੇ ਦਾਸ ਤਾਂ ਰਹੀਆਂ ਸਿਲੇਬਸ ਦੇ ਵਿੱਚ ਨਹੀਂ ਆ ਨੋ ਇੰਪਰੂਵਮੈਂਟ ਹਰ ਹਰ ਜਸ ਅੱਛਾ ਕ੍ਰਾਈਮ ਜਿਹੜੇ ਕੀ ਹੁੰਦੇ ਆ ਯਾਰ ਦੱਸੋ ਪੈਨਿਸ਼ੀਬਲ ਹੁੰਦੇ ਆ ਬੱਚੇ ਪੈਨਿਸ਼ੀਬਲ ਠੀਕਾ ਇੱਥੇ ਪਨਿਸ਼ ਨਹੀਂ ਆਏਗਾ ਜਦੋਂ ਵੀ ਕੋਈ ਏਦਾਂ ਦੀ ਹਮੇਸ਼ਾ ਯਾਦ ਰੱਖਣਾ ਜੇ ਉਹ ਏਦਾਂ ਦੀ ਕੋਈ ਇੰਪਰੀਜ਼ਨ ਮੈਂਟਲਿਟੀ ਦੇ ਨਾਲ ਕੋਈ ਚੀਜ਼ ਹੁੰਦੀ ਹੈ ਕ੍ਰਾਈਮ ਦੇ ਨਾਲ ਕੋਈ ਚੀਜ਼ ਹੁੰਦੀ ਹੈ ਜਿਹੜਾ ਜਿਹਦੇ ਵਿੱਚ ਪਨਿਸ਼ਮੈਂਟ ਜਿਹੜੀ ਹੁੰਦੀ ਹੈ ਤਾਂ ਇਹੋ ਜਿਹਾ ਜਿਹੜਾ ਉਹਨਾਂ ਨਾ ਅਦਰ ਨੋਟਿਸ ਟਾਈਪ ਕੋਈ ਚੀਜ਼ ਹੁੰਦੀ ਉਥੇ ਹਮੇਸ਼ਾ ਆਪਾਂ ਪਨਿਸ਼ੇਬਲ ਕਰਨਾ ਆ ਪਨਿਸ਼ ਨਹੀਂ ਕਰਨਾ ਹੁਣ ਇੱਥੇ ਵੇਖੋ ਕੀ ਹੈ ਕਿ ਉਹ ਉਹ ਗੱਲ ਕੀ ਦੀ ਕਰ ਰਿਹਾ ਹੈ ਦ ਸਟੋਰੇਜ ਆਫ ਈ ਸਿਗਰਟਸ ਠੀਕ ਹੈ ਉਹ ਈ ਸਿਗਰਟ ਜਿਹੜੇ ਉਹਨੂੰ ਪਨਿਸ਼ ਕੀਤਾ ਜਾਏਗਾ ਪਨਿਸ਼ਡ ਵਿਦ ਉਹਨੂੰ ਪਨਿਸ਼ ਕੀਤਾ ਜਾਏ ਜੋ ਜੜਾ ਪਨੀਸ਼ੇਬਲ ਹੋਏਗਾ ਠੀਕ ਹੈ ਉਹ ਅਫੈਂਸ ਜਿਹੜਾ ਪਨੀਸ਼ੇਬਲ ਹੋਏਗਾ ਉਹਨੂੰ ਬਨਿਸ਼ ਨਹੀਂ ਕੀਤਾ ਜਾਏਗਾ ਓਕੇ ਮੈਂ ਤਾਂ ਫਰੇਮ ਤੋਂ ਬਾਹਰ ਹੀ ਰਹਿਣੀ ਆ ਯਾਰ ਮੈਂ ਤੇ ਰਹਿੰਦੀ ਨਹੀਂ ਇੱਥੇ ਤੁਸੀਂ ਮੈਨੂੰ ਫਰੇਮ ਤੋਂ ਬਾਹਰ ਹੀ ਕੱਢਦੇ ਹੋ ਪਨੀਸ਼ੇਬਲ ਠੀਕ ਆ ਪਨੀਸ਼ੇਬਲ ਆਏਗਾ ਕਿਉਂਕਿ ਇੱਥੇ ਗੱਲ ਕੀ ਹੋ ਰਹੀ ਹੈ ਦ ਸਟੋਰੇਜ ਆਫ ਸੀਗਰਟਸ इतने स्टोरेज ऑफ सिगरेट्स की गल है तो इन आप पनिश थोड़ी करा लिविंग अ नॉन स्टोरेज ऑफ सिगरेट्स इन आप पनिश नहीं करा ठीक है शेल नाउ बी पनिशेबलिशल होएगी हेलो हरप्रीत ठीक है क्लियर हो गया हाँ अमन अरोड़ा ठीक है चलो नैक्सट देखो हम इन द फॉलोइंग क्वेश्चन आर गिवन विद ब्लैक्स टू बी फिल्ड इन विद इन अप्रोप्रिएट वर्ड्स फोर ऑल्टनेटिव आर सजेस्ट फॉर ईच क्वेश्चन चूज द करैक्ट ऑल्टनेटिव आउट एज योर आंसर ਹੁਣ ਇਹਦੇ ਵਿੱਚ ਕੀ ਹੈ ਇੰਡੀਆਜ਼ ডিফেন্স ਐਂਡ ਸਿਕਿਉਰਿਟੀ ਐਕਸਪਰਟਸ ਨੀਡ ਟੂ ਅਰਜੈਂਟਲੀ ਡਿਵਾਈਸ ਕਾਊਂਟਰ ਮੀਜਰਸ ਟੂ ਸੱਚ ਵਰਨਰੇਬਿਲਿਟیز ਠੀਕ ਹੈ ਹੁਣ ਦੇਖੋ ਕੀ ਉਹਨੇ ਕਿਹਾ ਹੈ ਇੰਡੀਆਜ਼ ਦੇ ਜਿਹੜੇ ডিফেন্স ਐਂਡ ਸਿਕਿਉਰਿਟੀ ਐਕਸਪਰਟਸ ਨੇ ਉਹਨਾਂ ਨੂੰ ਅਰਜੈਂਟਲੀ ਇੱਕ ਕੋਈ ਕਾਊਂਟਰ ਮੀਜਰਸ ਜਿਹੜੇ ਆ ਬਣਾਉਣੇ ਚਾਹੀਦੇ ਨੇ ਡਿਵਾਈਸ ਕਰਨੇ ਚਾਹੀਦੇ ਇਹੋ ਜੀ ਵਰਨਰੇਬਿਲਿਟیز ਨੂੰ ਕੀ ਕਹਿੰਦੇ ਸੋਲਵ ਕਰਨ ਵਾਸਤੇ ਠੀਕ ਹੈ ਇਹੋ ਜਿਹੀ ਵਲਨਰੇਬਿਲिटीज ਜਿਹੜੀਆਂ ਹੈਗੀਆਂ ਉਹਨਾਂ ਨੂੰ ਕਰਨ ਵਾਸਤੇ ਕੀ ਆਏਗਾ ਇਨਵਰਟ ਵਿਸ਼ੀਟ ਕੈਪਟਿਵੇਟ ਮਿਟੀਗੇਟ ਹਮ ਇੱਕ ਮਿੰਟ ਆਲਟਰਨੇਟਿਵਸ ਆ ਜਰ ਫॉर ਈਚ ਕੁਐਸਚਨ ਇਹ ਤਾਂ ਬਲੈਂਕ ਨਹੀਂ ਪੈਣਾ ਇੱਕ ਮਿੰਟ ਰੁਕੋ ਜ਼ਰਾ ਬਲੈਂਕ ਕਿੱਥੇ ਆਨੇ ਸੀ ਇੱਥੇ ਬਲੈਂਕ ਆਣੀ ਆ ਬੱਚੇ ਇੱਥੇ ਠੀਕ ਹੈ ਟੂ ਸੱਚ ਵਨਰਬਿਲਟੀਜ਼ ਉਹਨਾਂ ਨੂੰ ਵਨਰਬਿਲਟੀਜ਼ ਨੂੰ ਕੀ ਕਰਨਾ ਚਾਹੀਦਾ ਵੈਸੇ ਮੈਂ ਸਮਝਾਣ ਲੱਗਿਆ ਮੈਂ ਬੋਲ ਹੀ ਦਿੱਤਾ ਸੀਗਾ ਅ ਇਨਰਵੇਟ ਬਿਟੀਟ ਕੈਪਟਿਵੇਟ ਜਾਂ ਮਿਟੀਗੇਟ ਹਾਂਜੀ ਕੀ ਕਰਨਾ ਚਾਹੀਦਾ ਵੀ ਇੰਡੀਆ ਦੀ ਡਿਫੈਂਸ ਮਿਨਿਸਟਰੀ ਨੂੰ सी कैप्टिवेट अनिल ਗਰ ਕੈਰੇ ਨੇ ਡੀ ਹਾਂ ਦੇਖੋ ਬੱਚੇ ਅਸੀਂ ਉਹ ਸੱਚ ਉਹ ਜਿਹੜੀਆਂ ਵਨਰੇਬਿਲिटीज ਹੈਗੀਆਂ ਉਹਨਾਂ ਨੂੰ ਆਪਾਂ ਕੀ ਕਰ ਸਕਦੇ ਹਾਂ ਮਿਟੀਗੇਟ ਮਿਟੀਗੇਟ ਆਏਗਾ ਉਹਨਾਂ ਨੂੰ ਆਪਾਂ ਕੀ ਕਰਨਾ ਹੋਰ ਵੀ ਉਹਨਾਂ ਨੂੰ ਲੈਸ ਸੀਵੀਅਰ ਬਣਾਉਣਾ ਹੈ ਠੀਕ ਹੈ ਵਰਨਰਬਿਲਿਟੀਜ਼ ਹੈ ਨਾ ਬਹੁਤ ਸੀਵੀਅਰ ਆ ਉਹਨਾਂ ਨੂੰ ਆਪਾਂ ਲੈਸ ਸੀਵੀਅਰ ਬਣਾਉਣਾ ਉਹਨਾਂ ਨੂੰ ਆਪਾਂ ਕੱਟ ਕਰਨਾ ਉਹਨਾਂ ਨੂੰ ਠੀਕ ਹੈ ਮਿਟੀਗੇਟ ਮਿਟੀਗੇਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਮੋਡਰੇਟ ਕਰਨਾ ਕਿਸੇ ਚੀਜ਼ ਨੂੰ ਲੈਸ ਸੀਵੀਅਰ ਕਰਨਾ ਹੁਣ ਵਰਨਰਬਿਲਿਟੀਜ਼ ਬਹੁਤ ਜ਼ਿਆਦਾ ਸੀ ਨਾ ਬਹੁਤ ਜ਼ਿਆਦਾ ਸੀ ਤੇ ਆਪਾਂ ਉਹਨਾਂ ਨੂੰ ਕੀ ਕਰਨਾ ਲੈਸ ਸੀਵੀਅਰ ਕਰਨਾ ਹੈ ਠੀਕ ਹੈ ਇਸ ਕਰਕੇ ਕੀ ਆਏਗਾ ਹਾਂ ਕਮ ਕਰਨਾ ਹਾਂਜੀ ਉਹਨੂੰ ਆਪਾਂ ਕੱਟ ਕਰਨਾ ਠੀਕ ਹੈ ਉਹਨੂੰ ਮੋਡਰੇਟ ਕਿਸੇ ਚੀਜ਼ ਨੂੰ ਜ਼ੀਰੋ ਕਰਨਾ ਹੁੰਦਾ ਤੇ ਉਹ ਹੋਏਗਾ ਸਾਡਾ ਮਿਟੀਗੇਟ ਓਕੇ ਕਿਸੇ ਚੀਜ਼ ਨੂੰ ਜਿਹੜਾ ਆਪਾਂ ਲੈਸ ਸੀਵੀਅਰ ਕਰਦੇ ਹਾਂ ਨਾ ਕੱਟ ਕਰਦੇ ਹਾਂ ਉਹਨੂੰ ਲੈਟਸ ਸੀਵੀਅਰ ਟੂ ਮੇਕ ਸਮਥਿੰਗ ਲੈਸ ਸੀਵੀਅਰ ਉਹਨੂੰ ਆਪਾਂ ਕਹਿੰਦੇ ਆ ਮਿਟੀਗੇਟ ਤੇ ਇੱਥੇ ਰਾਈਟ ਆਨਸਰ ਜਿਹੜਾ ਹੋਏਗਾ ਸਾਡਾ ਡੀ ਮਿਟੀਗੇਟ ਚਲੋ ਬਾਕੀ ਬਚੇ ਅਗਰ ਤੁਸੀਂ ਕੋਈ ਵੀ ਕੋਡ ਲੈਣਾ ਚਾਹੁੰਦੇ ਹੋ ਠੀਕ ਹੈ ਤੇ ਕੋਈ ਵੀ ਸੌਰੀ ਬੈਚ ਲੈਣਾ ਚਾਹੁੰਦੇ ਹੋ ਕਿਸੇ ਵੀ ਬੈਚ ਵਿੱਚ ਅਨਰੋਲ ਹੋਣਾ ਚਾਹੁੰਦੇ ਹੋ ਇਹ ਸਾਡੇ ਕੋਲ ਕੋਡ ਹੈ Wi-Fi39 ਔਰ ਅਗਰ ਕੋਈ ਬੁੱਕ ਲੈਣੀ ਹੈ ਜਾਂ ਟੈਸਟ ਸੀਰੀਜ਼ ਲੈਣੀ ਹੈ ਦੈਨ Wi-Fi39539 S ਕੋਡ ਜਿਹੜਾ ਤੁਸੀਂ ਯਾਦ ਰੱਖਣਾ ਔਰ ਸਾਡੇ ਕੋ ਦੋ ਬੈਚ ਜਿਹੜੇ ਹੈ ਐਕਸਕਲੂਸਿਵਲੀ ਬੈਚ ਜਿਹੜੇ ਸਟਾਰਟ ਹੋ ਗਏ ਆ ਕਿਹੜੇ ਐਕਸਾਈਜ਼ ਇਨਸਪੈਕਟਰ ਦਾ ਔਰ ਕਲਰਕ ਦਾ ਅਗਰ ਹਜੇ ਵੀ ਤੁਸੀਂ ਇਹਦੇ ਵਿੱਚ ਅਨਰੋਲ ਨਹੀਂ ਕੀਤਾ ਹੈ ਆਪਣੇ ਆਪ ਨੂੰ ਤੇ ਕਲਾਸਿਸ ਰੈਗੂਲਰਲੀ ਚੱਲ ਰਹੀਆਂ ਤੇ ਕੋਡ ਜਿਹੜਾ ਤੁਸੀਂ ਯਾਦ ਰੱਖੋਗੇ Y539 ਇਹ ਕੋਡ ਲਗਾ ਕੇ ਤੁਸੀਂ ਇਹ ਬੈਚ ਦੇ ਵਿੱਚ ਅਨਰੋਲ ਹੋ ਸਕਦੇ ਹੋ ਨੈਕਸਟ ਦੇਖੋ ਇਨ ਦਾ ਫੋਲੋਇੰਗ ਕੁਐਸ਼ਨ ਆਊਟ ਆਫ 4 ਆਲਟਰਨੇਟਿਵਸ ਚੂਜ਼ ਦਾ ਵਰਡ ਵਿਚ ਇਜ਼ ਆਪੋਜ਼ਿਟ ਇਨ ਮੀਨਿੰਗ ਹਾਂਜੀ ਇਮਪੈਕਟਿਨਸ मैं आई थिंक अगर किसी ने कोई मेरी शॉर्ट देखी होएगी उस करवाया शायद है इम्पैक्यूनियस हाँ जी की होएगा एफलेंट कैमटोज रूथलेस सुपरफिशियल इम्पैक्यूनियस चलो दसो की आएगा ਇਹਦਾ ਆਪੋਜ਼ਿਟ मीनिंग ਦੱਸਣਾ ਹੈ ਬੱਚੇ ਸੁਪਰਫੀਸ਼ੀਅਲ ਬੱਚੇ ਆਨਸਰ ਦੋ ਆਨਸਰ ਕਿਉਂ ਨਹੀਂ ਆ ਰਹੇ ਤੁਹਾਡੇ ਸੁਪਰਫੀਸ਼ੀਅਲ ਦੇਖੋ ਮੈਂ ਨਾ ਸ਼ਾਰਟਸ ਦੇ ਵਿੱਚ ਤੁਹਾਨੂੰ ਕਰਵਾਇਆ ਸੀ ਐਮਪੀਕਿਊਨਸ ਦਾ ਮਤਲਬ ਹੁੰਦਾ ਕਿ ਜਦੋਂ ਸਾਡੇ ਕੋਲ ਪੈਸੇ ਨਹੀਂ ਹੁੰਦੇ ਵੈਨ ਵੀ ਹੈਵ ਨੋ ਮਨੀ ਔਰ ਜਿਹੜੇ ਬੱਚੇ ਰੈਗੂਲਰਲੀ ਮੇਰਾ ਸ਼ਾਰਟ ਵੇਖਦੇ ਨੇ ਉਹ ਸਾਰੇ ਜਣੇ ਇੱਥੇ ਇੱਥੇ ਪ੍ਰੈਜ਼ెంట్ ਆ ਫੇਰ ਤੁਹਾਨੂੰ ਉਹਦਾ ਮਤਲਬ ਨਹੀਂ ਸਾਨੂੰ ਪਤਾ ਲੱਗਿਆ ਦੈਟ ਮੀਨਸ ਜਿਹੜਾ ਤੁਹਾਨੂੰ ਵੋਕੈਬਲਰੀ ਕਰਾਈ ਜਾਂਦੀ ਹੈ ਤੁਸੀਂ ਯਾਦ ਨਹੀਂ ਉਹਨੂੰ ਰੱਖਦੇ ਔਰ ਮੈਂ ਸੇਮ ਵਰਡ ਜਿਹੜਾ ਕਰਾਇਆ ਹੋਇਆ ਇੰਪੈਕਟਨਿਅਸ ਦਾ ਮਤਲਬ ਹੁੰਦਾ ਵੈਨ ਵੀ ਡੋਨਟ ਹੈਵ ਮੱਚ ਮਨੀ ਵੈਨ ਵੀ ਡੂ ਨਾਟ ਹੈਵ ਮੱਚ ਮਨੀ ਠੀਕ ਹੈ ਸਾਨੂੰ ਸਾਡੇ ਕੋਲ ਜਰੂਰ ਜ਼ਿਆਦਾ ਪੈਸੇ ਨਹੀਂ ਹੁੰਦੇ ਵੈਨ ਵੀ ਹੈਵ ਲੈਸ ਮਨੀ ਠੀਕ ਹੈ ਹੁਣ ਇਹਦਾ ਕੀ ਆਏਗਾ ਐਫੂਲੈਂਟ ਆਏਗਾ ਬਈ ਇਹਦਾ ਆਪੋਜ਼ਿਟ ਜਿਹੜਾ ਕੀ ਆਏਗਾ ਐਫੂਲੈਂਟ ਇਹਦਾ ਕੀ ਮਤਲਬ ਹੁੰਦਾ ਹੈਵਿੰਗ ਮਾਚ ਮਨੀ ਜੋ ਸਾਡੇ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਨਾ ਐਫੂਲੈਂਟ ਪੀਪਲ ਅਸੀਂ ਗੱਲ ਕਰਦੇ ਹਾਂ ਦੇ ਬਿਲੋਂਗ ਟੂ ਐਫੂਲੈਂਟ ਬੈਕਗਰਾਉਂਡ ਠੀਕ ਹੈ ਥੈਟ ਮੀਨਸ ਕਿ ਉਹ ਬਹੁਤ ਜ਼ਿਆਦਾ ਜਿਹੜੇ ਪੈਸੇ ਵਾਲੇ ਆ ਠੀਕ ਹੈ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਕਾਫੀ ਐਫਲੂਐਂਟ ਹੈ ਐਫਲੂਐਂਟ ਪੀਪਲ ਆਪਾ ਕਰਨੇ ਆ ਕਿ ਬਹੁਤ ਪੈਸੇ ਵਾਲੇ ਜਿਹੜੇ ਲੋਕ ਹੁੰਦੇ ਆ ਤੇ ਇੰਪੈਕਟਿਊਨੀਅਸ ਹੁੰਦੇ ਆ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਜਿਹੜਾ ਗਰੀਬ ਤਪਕਾ ਹੁੰਦਾ ਪਾਵਰਟੀ ਦੇ ਵਿੱਚ ਹੁੰਦਾ ਪੈਸੇ ਨਹੀਂ ਹੁੰਦੇ ਜ਼ਿਆਦਾ ਜਾਂ ਸਾਡੀ ਕੰਡੀਸ਼ਨ ਵੀ ਕਈ ਵਾਰੀ ਇੰਪੈਕਟਿਊਨੀਅਸ ਹੋ ਸਕਦੀ ਹੈ ਮਤਲਬ ਉਦੋਂ ਸਾਡੇ ਕੋਲ ਪੈਸੇ ਜਿਹੜੇ ਆ ਘੱਟ ਹੋ ਸਕਦੇ ਆ ਜ਼ਿਆਦਾ ਨਹੀਂ ਹੈ ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਹੈ ਠੀਕ ਹੈ ਹਾਂ ਹੁਣ ਤੁਹਾਨੂੰ ਬਸ ਪਤਾ ਲੱਗ ਜਾਂਦਾ ਜਦੋਂ ਮੈਂ ਇੱਥੇ ਸੈਂਟੈਂਸ ਲਿਖ ਦਿੰਨੀ ਆ ਨੈਕਸਟ ਦੇਖੋ ਇਹਦੇ ਵਿੱਚ ਕੀ ਆਏਗਾ ਬਈ 9th ਦਾ ਹੈ ਦ ਸਰਵੈਂਟ ਇਜ਼ ਕੀਪਿੰਗ ਮਾਈ ਹਾਊਸ ਟਾਈਡੀ ਠੀਕ ਹੈ ਇਹਦੇ ਵਿੱਚ ਐਕਟਿਵ ਫਾਰਮ ਦਿੱਤੀ ਹੋਈ ਤੁਸੀਂ ਪੈਸਿਵ ਲੱਭਣੀ ਆ ਠੀਕ ਹੈ ਦ ਗਿਵਨ ਸੈਂਟੈਂਸ ਇਜ਼ ਇਨ ਐਕਟਿਵ ਤੁਸੀਂ ਇਹਦੇ ਚ ਰਾਈਟ ਜਿਹੜਾ ਉਹਦਾ ਸੂਟੇਬਲ ਪੈਸਿਵ ਉਹ ਦੱਸਣਾ ਕੀਪਿੰਗ ਆਫ ਮਾਈ ਹਾਊਸ ਟਾਈਡੀ ਇਜ਼ ਡਨ ਬਾਈ ਦ ਸਰਵੈਂਟ the servant had kept tidy my house my house is being kept tidy by the servant my house the servant keeps tidy ਬੱਚੇ ਜਿੰਨਾ ਦੇ ਵੀ ਕੁਐਸਚਨਸ ਆ ਨਾ ਪਲੀਜ਼ ਸੈਸ਼ਨ ਦੇ ਐਂਡ ਤੱਕ ਐਂਡ ਤੇ ਪੁੱਛੋ ਮੈਂ ਐਂਡ ਦੇ ਮੈਂ ਜ਼ਰੂਰ 5 ਮਿੰਟ ਦਵਾਂਗੀ ਉਦੋਂ ਮੈਂ ਤੁਹਾਨੂੰ ਦੱਸਾਂਗੀ ਚਲੋ ਇਹਦਾ ਦੱਸੋ ਪਹਿਲੇ ਮਾਈ ਹਾਊਸ ਇਜ਼ ਬੀਂਗ ਕੈਪਟ ਟਾਈਡੀ ਬਾਈ ਸਰਵੈਂਟ ਦਿ ਸਰਵੈਂਟ ਇਜ਼ ਕੀਪਿੰਗ ਮਾਈ ਹਾਊਸ ਪਹਿਲੇ ਤੇ ਆ ਦੇਖੋ ਕਿ ਜਿਹੜਾ গিਵਨ ਸੈਂਟੈਂਸ ਹੈ ਬੱਚੇ ਕਿਦੇ ਵਿੱਚ ਹੈ গিਵਨ ਸੈਂਟੈਂਸ ਮੈਨੂੰ ਦੱਸੋ ਫੜਾਫੜ ਕਿਹੜੇ ਟੈਂਸ ਦੇ ਵਿੱਚ ਹੈ গিਵਨ ਜਿਹੜਾ ਇੱਥੇ ਟੈਂਸ ਹੈ ਉਹ ਕਿਹੜਾ ਹੈ ਕਿਹੜੀ ਫਾਰਮ ਹੈ ਟੈਂਸ ਦੀ ਇੱਥੇ ਹੁਣ গিਵਨ ਸੈਂਟੈਂਸ ਜਿਹੜਾ ਹੈ ਬੱਚੇ ਇਜ਼ ਕੀਪਿੰਗ ਹੈ ਨਾ दैट मींस ਇਹ ਕਿਦੇ ਵਿੱਚ ਹੈ ਪ੍ਰੈਜ਼ੈਂਟ ਦੇ ਵਿੱਚ ਹੈ ਨਾ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਹੈ ਔਰ ਪ੍ਰੈਜ਼ੈਂਟ ਕੰਟੀਨਿਊਸ ਨੂੰ ਜਿਹੜਾ ਆਪਾਂ ਪੈਸਿਵ ਦੇ ਵਿੱਚ ਬਣਾਉਣਾ ਹੁੰਦਾ ਉਹ ਉੱਥੇ ਕੀ ਲੱਗਦਾ ਹੈ हां प्रेजेंट कंटीन्यूअस ਹੁਣ ਉਹਦਾ ਸਟਰਕਚਰ ਕੀ ਆਏਗਾ ਬਈ ਉਹਦਾ ਸਟਰਕਚਰ ਕੀ ਹੁੰਦਾ ਮੈਂ ਤੁਹਾਨੂੰ ਕਰਾਇਆ ਸੀ ਨਾ ਜਿਹੜੇ ਬੱਚੇ ਕਹਿ ਰਹੇ ਨਾ ਬੀ 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 ਹੈਡ ਕਿੱਥੋਂ ਆਇਆ ਨਾ ਮੈਨੂੰ ਤਾਂ ਪਹਿਲੇ ਇਹ ਦੱਸੋ ਹੈਡ ਕਿੱਥੋਂ ਲਾਇਆ ਨਾ ਪ੍ਰੈਜ਼ੈਂਟ ਕੰਟੀਨਿਊਸ ਉਹਦਾ ਇਜ਼ ਬੀਇੰਗ ਸਟਰਕਚਰ ਨਹੀਂ ਆਊਗਾ ਹਾਂ ਕੋਈ ਬੱਚਾ ਹੈਡ ਮਤਲਬ ਬੀ ਆਪਸ਼ਨ ਡੀ ਆਪਸ਼ਨ ਸੀ ਆਪਸ਼ਨ ਇਜ਼ ਬੀਇੰਗ ਆ ਨਾ ਆਈ ਹੈਵ ਕੈਪਟ 올 ਯੋਰ 올ਡ ਲੈਟਰਸ ਠੀਕ ਹੈ ਹੁਣ ਇਹ ਜਿਹੜਾ 기ਵਨ ਸੈਂਟੈਂਸ ਆ ਪਹਿਲੇ ਮੈਨੂੰ ਦੱਸੋ 기ਵਨ ਸੈਂਟੈਂਸ ਕਿਦੇ ਵਿੱਚ ਆ ਪਹਿਲੇ ਹਮੇਸ਼ਾ ਤੁਸੀਂ ਸੈਂਟੈਂਸ ਨੂੰ ਪਛਾਣਨਾ ਹੈ ਦੇਖੋ ਅਗਰ ਤੁਸੀਂ ਸੈਂਟੈਂਸ ਨੂੰ ਨਹੀਂ ਪਛਾਣਦੇ ਤੁਸੀਂ ਆਨਸਰ ਨਹੀਂ ਕਦੇ ਵੀ ਕਰ ਸਕਦੇ ਐਵੇਂ ਤੁੱਕੇ ਨਾ ਮਾਰੋ ਯਾਰ ਕੋਈ ਕਿਹਨੇ ਤੁੱਕਾ ਨਹੀਂ ਮਾਰਨਾ ਆ ਸਾਰੇ ਮੈਂ ਤੁਹਾਨੂੰ ਕਰਾਏ ਆ ਜਾਂ ਤੇ ਹੋਵੇ ਨਾ ਨਾ ਕਰਾਇਆ ਹੋਏ ਤੁਸੀਂ ਗਲਤ ਕਰਦੇ ਵੀ ਚੰਗੇ ਲੱਗਦੇ ਹੋ वेरी गुड प्रेजेंट परफेक्ट ठीक है हूँ इन करो जरा इधर स्ट्रक्चर की बनेगा प्रेजेंट परफेक्ट कीपिंग ऑफ़ ऑल योर ओल्ड लेटर्स हैज बिन डन बाय मी आई कीप योर लेटर्स विच हैव बिकम ओल्ड योर लेटर्स विच हैव बिकम ओल्ड वुड बी कैप्ट बाय मी ऑल योर लेटर्स हैव बीन कैप्ट बाय मी हाँ जी होएगा ऐसा स्ट्रक्चर गड़ा चलेगा चल अभी टैंथ था <coughs> हाँ हाँ साइडियां भाई चलो ऑल योर ओल्ड लेटर्स वेरी गुड सारे बच्चे डीप और डांस एक कौन है पंकज अच्छा है पंकज ही क्या चलता हैं

Jalo, again, jumble sentences. Again, sometimes though there is a ghostly rumble among the drums when we drank wood alcohol, and every day in every way grew better and better, an asthmatic whisper in the trombones that swings me back into the early twenties. ਪੰਜਾਬ ਐਕਸਾਈਜ਼ ਇਨਸਪੈਕਟਰ ਡਾਊਨ ਟੂ ਅਰਥ ਚਲੋ ਇਹਦਾ ਦੱਸੋ ਕੀ ਆਏਗਾ ਸਮ ਟਾਈਮਸ ਦਰ ਇਜ਼ ਅ ਗੋਸਟਲੀ ਰੰਬਲ ਅਮੰਗ ਦਾ ਡਰਮਸ ਇੱਕ ਕਿਨ ਕਬੜੀ ਭਿਆਨ ਗੋਸਟਲੀ ਇੱਥੇ ਆਏਗਾ ਕਿ ਮਤਲਬ ਬੜੀ ਭਿਆਨਕ ਜੀ ਹਨਾ ਇੱਕ ਦਰਾਨ ਵਾਲੀ ਜਿਹੜੀ ਹੁੰਦੀ ਹੈ ਰੰਬਲ ਹੁੰਦੀ ਡਰਮਸ ਦੀ ਉਹ ਹੁੰਦੀ ਆ ਵੈਨ ਵੀ ਡਰਾਂਕ वुਡ ਅਲਕੋਹਲ ਐਂਡ ਹੋਰ ਕੀ ਆ ਐਂਡ ਐਵਰੀ ਡੇ ਇਨ ਐਵਰੀ ਵੇ ਗਰੂ ਬੈਟਰ ਐਂਡ ਬੈਟਰ ਜਿਹੜਾ ਸੀ ਕੀ ਕਰਦੇ ਆ ਵੁੱਡ ਅਲਕੋਹਲ ਜਿਹੜੀ ਹੁੰਦੀ ਆ ਉਹ ਡਰਿੰਕ ਕਰਦੇ ਹਰ ਹਰ ਦਿਨ ਕਹਿੰਦਾ ਕਿ ਹੋ ਹੀ ਜਾਂਦਾ ਵਾ ਵਧੀਆ ਤੋਂ ਵਧੀਆ ਬੈਟਰ ਬੈਟਰ ਜਣਾ ਜਦੋਂ ਕੁਝ ਪੀ ਪੂ ਲੈਂਦੇ ਹੋ ਅਨਸਥਮਾ ਅਸਥਮੈਟਿਕ ਵਿਸਪਰ ਇਨ ਦਾ ਟ੍ਰੰਬੋਨਸ ਕਹਿੰਦੇ ਟ੍ਰੰਬੋਨਸ ਵਿੱਚ ਇੱਕ ਤਾਂ ਉਹ ਪੂਰੀ ਜਿਹੜੀ ਉਹਨਾਂ ਦੇ ਬੋਨਸ ਹੈ ਪੂਰਾ ਸਾਰੇ ਸਾਰੇ ਉਹਦੇ ਵਿੱਚ ਕੀ ਇੱਕ ਅਸਥਮੈਟਿਕ ਵਿਸਪਰ ਕੋਈ ਕਰਕੇ ਜਾਂਦਾ ਹੈ ਠੀਕ ਹੈ ਥੈਨ ਦੈਟ ਸਵਿੰਗਸ ਮੀ ਬੈਕ ਇਨ ਟੂ ਦਾ अर्ਲੀ 20s ਤੇ ਕਹਿੰਦਾ ਉਹ ਜਿਹੜੀ ਚੀਜ਼ ਹੈ ਮੈਨੂੰ ਕਿੱਥੇ ਲੈ ਜਾਂਦੀ ਆ ਪਿੱਛੇ अर्ਲੀ 20s ਦੇ ਵਿੱਚ ਲੈ ਜਾਂਦੀ ਆ अर्ਲੀ 20s ਦਾ ਜਿਹੜਾ ਡਿਕੇਡ ਹੁੰਦਾ ਸੀ ਉੱਥੇ ਲੈ ਜਾਂਦੀ ਆ ਹਾਂਜੀ ਕੀ ਆਏਗਾ ਦਾ ਦੇਖੋ ਬੱਚਿਓ ਕੀ ਕਹਿ ਰਿਹਾ ਹਰਜਸ ਡਰਮ ਸੀ ਕੰਦੇ ਜਿਹੜੋ ਇੱਕ ਗੋਸਟਲੀ ਜਿਹੜੀ ਰੰਬਲ ਜਿਹੜੋ ਆਪਾਂ ਨੂੰ ਅਦਾ ਅਦਾ ਵਜਾਉਂਦੇ ਆ ਡਰਮ ਨੂੰ ਉਹ ਜਿਹੜੀ ਰੰਬਲਿੰਗ ਸਾਊਂਡ ਹੁੰਦੀ ਹੈ ਨਾ ਤੁਸੀਂ ਦੇਖਿਆ ਹੋਵੇਗਾ ਕਿ ਵਾਈਬ੍ਰੇਟਿੰਗ ਦੀ ਸਾਊਂਡ ਹੁੰਦੀ ਉਹਨੂੰ ਕਹਿੰਦੇ ਰੰਬਲਸ ਠੀਕ ਹੈ ਉਹਨਾਂ ਨੂੰ ਕੀ ਕਹਿੰਦੇ ਰੰਬਲ ਜਿਹੜੀ ਉਹਨੂੰ ਸਾਊਂਡ ਹੁੰਦੀ ਡਰਮ ਨੂੰ ਜਦ ਅਦਾ ਵਜਾਉਂਦੇ ਢੰ ਅਦਾ ਵਜਾਉਂਦੇ ਢੰ ਅਦਾ ਵਜਾਉਂਦੇ ਜਿਹੜੀ that is that is ਉਹ ਕਿਹ ਰੰਬਲ ਤੇ ਉਹ ਜਿਹੜਾ ਰੰਬਲ ਕਰਦੀ ਉਹਨੂੰ ਬੜੀ ਗੋਸਟਲੀ ਜੀ ਲੱਗਦੀ ਹੈ ਸਮ ਟਾਈਮਸ ਦੋ देयर इज ਅ ਗੋਸਟਲੀ ਰੰਬਲ ਕਹ ਹੁੰਦੀ ਹੈ ਡਰਮਸ ਦੀ ਠੀਕ ਹੈ ਬੜੀ ਮਤਲਬ ਡਰਾਣੀ ਜੀ ਹੁੰਦੀ ਹੈ घोਸਟਲੀ ਹੁੰਦੀ ਹੈ ਵੈਨ ਵੀ ਡਰਾਂਕ ਵੁੱਡ ਅਲਕੋਹਲ ਐਂਡ ਐਵਰੀ ਡੇ ਇਨ ਐਵਰੀ ਵੇਗ ਵੀ ਗਰੂ ਬੈਟਰ ਐਂਡ ਬੈਟਰ ਜਿਹੜਾ ਉਹ ਕਹਿੰਦਾ ਅਸੀਂ ਜਿਹੜਾ ਡਰਾਂਕ ਅਸੀਂ ਕਰਦੇ ਹਾਂ ਵੁੱਡ ਅਲਕੋਹਲ ਤੇ ਐਵਰੀ ਜਿਹੜੀ ਚੀਜ਼ ਹੈ ਹੁਣ ਅੱਗੇ ਕੀ ਮਤਲਬ ਬੈਟਰ ਤੇ ਬੈਟਰ ਹੋਈ ਜਾਂਦੀ ਆ ਨੈਕਸਟ ਦੇਖੋ ਕਹ ਰਿਹਾ ਐਨ ਐਸ ਥਰਮੈਟਿਕ ਵਿਸਪਰ ਇਨ ਦਾ ਟ੍ਰੰਬੋਨਸ ਹੁਣ ਜੇ ਟ੍ਰੰਬੋਨਸ ਦੇ ਵਿੱਚ ਜਿਹੜੀ ਹੁੰਦੇ ਟ੍ਰੰਬਨਸ ਵੀ ਇੱਕ ਤਰ੍ਹਾਂ ਦਾ ਨਾ ਆਪਾਂ ਉਹਨੂੰ ਕਹਿ ਸਕਦੇ 뮤지컬 ਉਹ ਹੁੰਦਾ ਇੱਕ ਟ੍ਰੋਂਬੋਨ ਦਾ ਇੱਕ 뮤지컬 ਹੁੰਦਾ ਉਹਨੂੰ ਐਦਾਂ ਬਾਰਗ ਨਾ ਉਹ ਐਦਾਂ ਮਤਲਬ ਵਜਾਂਦੇ ਆ ਉਹਨੂੰ ਤੇ ਉਹ ਕੀ ਕਹ ਰਿਹਾ ਐਸਮੈਟਿਕ ਵਿਸਪਰ ਠੀਕ ਹੈ ਐਸਮੈਟ ਜਿਹਦਾ ਐਸਥਮਾ ਹੋਇਆ ਹੁੰਦਾ ਕਿਸੇ ਨੂੰ ਉਹ ਜਿਹੜੋ ਕੋਈ ਵਾਏਗਾ ਹੈ ਨਾ ਐਦਾਂ ਦੀ ਕਹਿੰਦਾ ਐਦਾਂ ਦੀ ਵਿਸਪਰ ਜਿਹੜੀ ਉਹਦੀ ਆਉਂਦੀ ਹੈ ਨਾ ਟ੍ਰੋਂਬੋਨਸ ਦੇ ਵਿੱਚੋਂ ਜਿਹੜੀ ਜਿਹੜੋ ਨੂੰ ਵਜਾਂਦੇ ਆ ਉਸ 뮤지컬 ਇਨਸਟਰੂਮੈਂਟ ਨੂੰ ਕਹਿੰਦਾ ਉਹ ਚੀਜ਼ ਮੈਨੂੰ ਕੀ ਕਰਦੀ ਹੈ ਸਵਿੰਗਸ ਮੀ ਬੈਕ ਮੈਨੂੰ ਪਿੱਛੇ ਲੈ ਕੇ ਜਾਂਦੀ ਹੈ ਇਹਨੂੰ ਸੈਂਟੈਂਸਸ ਨੂੰ ਤੁਹਾਨੂੰ ਸਮਝਣਾ ਪੈਣਾ ਫੇਰ ਤੁਸੀਂ ਇਹਦੇ ਲੌਜੀਕ ਕੱਢ ਸਕਦੇ ਹੋ ਆਦਰਵਾਇਜ਼ ਨਹੀਂ ਫੇਰ ਉਹਨੂੰ ਤੁਸੀਂ ਜਿਹੜੇ ਉਹ ਕਰ ਸਕਦੇ ਹੋ ਰ ਹੈ ਕਾਫੀ ਮਤਲਬ ਇੱਕ ਅੱਛਾ ਖਾਸਾ ਕੁਐਸਚਨ ਸਾਨੂੰ ਡਿਫਿਕਲਟੀ ਲੈਵਲ ਦਾ ਜਿਹੜਾ ਇੱਕ ਅੱਛਾ ਖਾਸਾ ਕੁਐਸਚਨ ਮਿਲਿਆ ਹੋਇਆ ਔਰ ਐਕਸਾਈਜ਼ ਇੰਸਪੈਕਟਰ ਚ ਐਸ ਜਿਹੜੀ ਡਿਫਿਕਲਟੀ ਲੈਵਲ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਠੀਕ ਹੈ ਹਾਂਜੀ ਓਲਡ ਸਟੂਡੈਂਟਸ ਨਾ ਬਸ ਗੱਲਾਂ ਮਾਰ ਰਹੇ ਆ ਇੱਥੇ ਪੜ੍ਹ ਨਹੀਂ ਰਹੇ ਸੁਣਾ ਨਾ ਪੀ ਆਰ ਐਸਕਿਊ ਡਾਇਰੈਕਟ ਹੈ ਤੁਸੀਂ ਕੀ ਕਹਿ ਰਹੇ ਹੋ ਕਿ ਸੀਕੁਐਂਸ ਜਿਹੜੀ ਹੈ ਉਹ ਕੀ ਹੈ ਡਾਇਰੈਕਟ ਰਿਲੇਟਡ ਹੈ ਦੇਖੋ ਹੁਣ p q r s p ਕਿਹੜਾ ਗਿਆ ਤੁਸੀਂ p r s q c ਕਹਿ ਰਹੇ ਹੋ ਨਾ s q ਠੀਕ ਹੈ ਵੈਰੀ ਗੁੱਡ ਚਲੋ ਹੁਣ ਇੱਥੇ ਕੀ ਆਏਗਾ ਸਮ ਟਾਈਮਸ ਦੋ देयर इज ਅ ਗੋਸਟਲੀ ਡਰਮਸ ਹੁਣ ਕਹਿੰਦੇ ਕਦੀ ਕਦੀ ਕੰਨਾਂ ਪਾਵੇਂ ਜਿਹੜੀ ਗੋਸਟਲੀ ਡਰਮ ਹੁੰਦੀ ਹੈ ਘੋਸਲੀ ਆਵਾਜ਼ ਹੁੰਦੀ ਹੈ ਰੰਬਲ ਹੁੰਦੀ ਜਿਹੜੀ ਸਾਊਂਡਸ ਦੀ ਓਕੇ ਆ ਹੁਣ ਆ ਰਿਹਾ ਐਨ ਐਸਮੈਟਿਕ ਵਿਸਪਰ ਇਨ ਦਾ ਟ੍ਰੋਮਬੋਨਸ ਤੇ ਇੱਕ ਇੱਕ ਕੀ ਕਹਿੰਦੇ ਇੱਕ ਵਿਸਪਰ ਜੀ ਹੁੰਦੀ ਆ ਜਿਹੜੀ ਟ੍ਰੋਮਬੋਨਸ ਜਿਹੜੋ ਵਜਾਉਂਦੇ ਆ ਉਹਦੀ ਇੱਕ ਐਸਮੈਟਿਕ ਵਿਸਪਰ ਹੁੰਦੀ ਆ ਠੀਕ ਹੈ ਇਹ ਹੋ ਗਿਆ ਸਾਡਾ ਸੈਕੰਡ ਹੋਨ ਐਸ ਦੈਟ ਸਵਿੰਗਸ ਮੀ ਬੈਕ ਜਿਹੜੀ ਕਿ ਮੈਨੂੰ ਜਿਹੜੀ ਕਿ ਮੈਨੂੰ ਆਪਣੇ अर्ली 20s ਦੇ ਵਿੱਚ ਲੈ ਜਾਂਦੀ ਹੁਣ ਰੈਲੇਟਿਵ ਪ੍ਰੋਨਾਨ ਉੱਥੇ ਲੱਗ ਗਿਆ ਨਾ ਜਿਹੜੀ ਕਿ ਮਤਲਬ ਹੁਣ ਇਹ ਦੋ ਸੈਂਟੈਂਸਸ ਨੂੰ ਜਿਹੜਾ ਇਹ ਥੈਟ ਜਿਹੜਾ ਆਪਸ ਦੇ ਵਿੱਚ ਜੋੜ ਰਿਹਾ ਹੈ ਇਸ ਕਰਕੇ ਇੱਥੇ ਕੀ ਆ ਗਿਆ ਐਸ ਦੈਨ ਹੈ ਵੈਨ ਵੀ ਡਰੈਂਕ ਵੁੱਡਲ ਕੋਹਲ ਐਂਡ ਏਵਰੀ ਡੇ ਇਨ ਏਵਰੀ ਡੇ ਸੋ ਏਵਰੀ ਵੇ ਗਰੂ ਬੈਟਰ ਐਂਡ ਬੈਟਰ ਤੇ ਕਹਿੰਦਾ ਫਿਰ ਜਦੋਂ ਅਸੀਂ ਡਰਿੰਕ ਕਰਦੇ ਹਾਂ ਵੁੱਡਲ ਅਲਕੋਹਲ ਤੇ ਸਾਰੀ ਚੀਜ਼ਾਂ ਜਿਹੜੀਆਂ ਕੀ ਹੈ ਉਹ ਬੈਟਰ ਤੇ ਬੈਟਰ ਹੁੰਦੀਆਂ ਜਾਂਦੀਆਂ ਨੇ ਓਕੇ ਜੀ ਇੱਕ ਦੋ ਬੱਚੇ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰ ਰਹੀ ਆ ਕਿ ਸਮ ਟਾਈਮਸ ਕੀ ਹੁੰਦਾ ਐ ਸਪੈਮਸ ਆ ਜਾਂਦੇ ਆ ਵਿਲੇ ਬੈਠੇ ਆਈ ਡੋਨਟ ਨੋ ਕੌਣ ਹੁੰਦੇ ਆ ਤੇ ਪਲੀਜ਼ ਇਗਨੋਰ ਮਾਰਨਾ ਔਰ ਇੱਕ ਬਹੁਤ ਹੀ ਮੈਚੁਰ ਵੇਨਾ ਤੁਸੀਂ ਇੱਥੇ ਕੀ ਕਹਿੰਦੇ ਆ ਰਿਐਕਟ ਕਰਨਾ ਕਿਸੇ ਨੇ ਵੀ ਉਹ ਐ ਸਪੈਮਸ ਨੂੰ ਜਿਹੜਾ ਉੱਥੇ ਤਵੱਜੋ ਨਹੀਂ ਦੇਣੀ ਕਿਸੇ ਨੇ ਠੀਕ ਹੈ just you concentrate on studies aur kuch nahi next dekho error part labhna ji idar vich mrs dhoni would never spend a quiet evening than attending a party haan ji ki aayega mrs dhoni would never spend a quiet evening than attending a party

ਵੁੱਡ ਰਾਦਰ ਏ ਸੀ ਸੀ ਕੌਣ ਕਹਿ ਰਿਹਾ ਕੋਰਸਿਕ ਸੀ ਕੋਰਸਿਕ ਪਤਾ ਹੈ ਕਿ ਆਣਾ ਉੱਥੇ ਜਾਂ ਬਸ ਤੁੱਕਾ ਮਾਰ ਰਿਓ ਜੋਤੀ ਸੰਧੂ ਸੀ ਕਿਦਾਂ ਜਿਹੜਾ ਵਿੱਚ ਸੀ ਕਹਿ ਰਿਹਾ ਮੈਨੂੰ ਹੁਣ ਆ ਵੀ ਦੱਸੋ ਕਿ ਉੱਥੇ ਆਣਾ ਕੀ ਆ ਚਲੋ ਇੰਨਾ ਸ਼ੁਕਰ ਤੁਹਾਨੂੰ ਕਿਸੇ ਨੇ ਪੁੱਛ ਨਹੀਂ ਲੈਣਾ ਉੱਥੇ ਦੇਖੋ ਭਈ ਇਥੇ ਅਟੈਂਡਿੰਗ ਨਹੀਂ ਆਣਾ ਇਥੇ ਜਸਟ ਕੀ ਆਣਾ ਹੈ ਸਾਡਾ ਅਟੈਂਡ ਠੀਕ ਹੈ ਅਟੈਂਡ ਫਿਊਚਰ ਦੇ ਵਿੱਚ ਹੈ ਨਾ ਦੋਨੀ ਊਡ ਨੈਵਰ ਸਪੈਂਡ ਅ ਕਵਾਈਟ ਈਵਨਿੰਗ ਤੇ ਫਿਰ ਜਦੋਂ ਫਿਊਚਰ ਦੇ ਵਿੱਚ ਆ ਗਿਆ ਤੇ ਉੱਥੇ ਕੀ ਕਹਿੰਦੇ ਸਿੰਪਲ ਫਿਊਚਰ ਲੱਗਾ ਇਹਦੇ ਵਿੱਚ ਊਡ ਨੈਵਰ ਸਪੈਂਡ ਅ ਕਵਾਇਟ ਈਵਨਿੰਗ ਊਡ ਨੈਵਰ ਸਪੈਂਡ ਅ ਕਵਾਇਟ ਈਵਨਿੰਗ ਥੈਨ ਅਟੈਂਡ ਅ ਪਾਰਟੀ ਤੇ ਹੁਣ ਇੱਥੇ ਨੈਵਰ ਲੱਗਾ ਇੱਥੇ ਥੈਨ ਲੱਗਾ ਤੇ ਇੱਥੇ ਇੱਥੇ ਕੀ ਆ ਜਾਏਗਾ ਐਂਡ ਫਰਸਟ ਫਾਰਮ ਆਏਗੀ ਇੱਥੇ ਆਪਾਂ V5 ਨਹੀਂ ਲੈ ਕੇ ਜੰਨਾ ਨਹੀਂ ਸਰਾ ਉਹ ਵਾਲਾ ਨਹੀਂ ਆ ਨਹੀਂ ਇੱਥੇ ਸਿਰਫ ਇਹਦੇ ਵਿੱਚ ਜੈਰੰਟ ਫਾਰਮ ਲੱਗੀ ਆ ਹਾਂ ਵੀਰਦੀ ਬਿਲਕੁਲ ਠੀਕ वेरी गुड वर्ड सिख वेरी गुड अगर आई सोचा सीते चलो हाँ जी फोर वर्ड्स है मिस स्पैल्ट है स्पैल्ट <coughs> वर्ड जो करैक्ट स्पैल्ट जरा दसना की आएगा।, की आएगा भाई चार ऑप्शंस है तोडे को अगर तुसी आंसर दसना है की आएगा इंटरमिटेंट एम आई डबल टी ਹੂੰ ਠੀਕ ਹੈ ਜਿਹੜਾ i ਵਾਲਾ ਹੈ ਜਿਹੜੇ i ਬੱਚੇ ਕਹਿ ਰਹੇ ਹਨ m i d b l t e n t ਠੀਕ ਹੈ ਇਹ ਰਾਈਟ ਆਨਸਰ ਹੈ ਇਹਦਾ ਮਤਲਬ ਕੀ ਹੁੰਦਾ ਕੋਈ ਚੀਜ਼ ਆਪਾਂ ਇੰਟਰਮੀਟੈਂਟ ਫਾਸਟਿੰਗ ਵੀ ਤੁਸੀਂ ਸੁਣੀ ਹੋਏਗੀ ਨਾ ਜਿਹੜਾ ਆਪਾਂ ਇਰੈਗੂਲਰ ਟਾਈਮ ਇਰੈਗੂਲਰਿਟੀ ਨੂੰ ਆਪਾਂ ਕਹਿੰਦੇ ਆ ਠੀਕ ਹੈ ਇਰੈਗੂਲਰ ਇੰਟਰਵਲਸ Hello, next echo. Over the hill, Aikiha express the meaning of idiom. Over the hill, to extract, remove or take someone from something, to collect information too old to be too of much value, you to be obvious uh, sorry, oblivious of something important. Anji, ki Over the hill, to extract, remove or take someone from something. अच्छा ओ तुसी ओ स्पेल कित्ता होना ऑन हो ए सही है चलो फटाफट ਦੱਸੋ ਬਈ ਉਹਨੂੰ ਵਕੈਬ ਵੀ ਕਰਾਣੀ ਹੈ ਜੇ ਮੈਂ ਥੋੜੀ ਜੀ फटाफट ਦੱਸੋ ਇੱਕ ਕਸ਼ਨ ਹੋ ਰਿਹਾ ਹੈਗਾ ਫਿਰ ਉਸ ਤੋਂ ਬਾਅਦ ਬਾਅਦ ਆਪਾਂ ਵਕੈਬ ਕਰਦੇ ਆਂ ਸੀ ਸੀ वेरी गुड वैरी गुड बच्चे टू ओल्ड टू बी ऑफ मच वैल्यू ओवर द हिल मतलब हम जो कोई बंद ना बड़ा ज्यादा बजुर्ग हो जाता वा या फिर इन्ना का ज्यादा मच्योर है या ओल्ड है कि हूँ वैल्यू नहीं रही ठीक है ओवर द हिल दैट परसन इज ओवर द हिल नाउ ठीक है हाँ टू ओल्ड यस बहुत ज़्यादा जरा, जरा, जरा बुढ़ा हो जाता ना उन्होंने आपनेट हाँ जी नॉट एप्रोप्रिएट और वैल टाइमड वन वर्ड सब्ट्यूशन बई not appropriate or well timed ਜਿਹੜੀ ਸੀ ਜਿਹੜੀ ਐਪਰੋਪਰੀਏਟ ਨਾ ਹੋਏ ਠੀਕ ਹੈ ਸਹੀ ਨਾ ਹੋਏ ਜਾਂ ਸਹੀ ਸਹੀ ਉਹਦਾ ਜਿਹੜਾ ਟਾਈਮ ਜਿਹੜਾ ਹੈ ਨਾ ਉਹ ਸਹੀ ਨਾ ਹੋਏ ਉਹਨੂੰ ਕੀ ਕਵਾਂਗੇ ਆਪਾਂ ਇਨਵੋਲੂਟ ਇਨਫੈਲੀਸ਼ਸ ਇਨਵਰਟਰੇਟ ਇਨ ਅਬੀਰੀਏਟਿਡ एसी चलो ਇਹਨਾਂ ਦੇ ਮੈਂ ਤੁਹਾਨੂੰ ਮਤਲਬ ਦੱਸ ਦਣੀ ਥੋੜੇ ਜਿਹੇ ਇਹਨਾਂ ਦੇ ਮਤਲਬ ਟਫ ਹੈਗੇ ਆ ਇਹਦੇ ਮਤਲਬ ਆਪਾਂ ਕਰ ਲੈਨੇ ਆ ਇਨ ਐਬਰੀਏਟਡ ਦਾ ਮਤਲਬ ਹੁੰਦਾ ਬੱਚੇ ਜਿਹੜਾ ਕੋਈ ਅ ਡਰੰਕ ਹੁੰਦਾ ਨਾ ਅ ਡਰੰਕ ਹੁੰਦਾ ਜਿਹੜਾ ਬਦ ਸ਼ਰਾਬ ਪੀ ਕੇ ਕੋਈ ਡਰੰਕ ਹੋ ਜਾਂਦਾ ਨਾ ਤਾਂ ਡਰੰਕ ਹੁੰਦਾ ਕੋਈ ਉਹਨੂੰ ਆਪਾਂ ਕਹਿੰਨੇ ਆ ਇਨ ਐਬਰੀਏਟਡ ਠੀਕ ਹੈ ਉਹਨੂੰ ਕਿ ਆਪਾਂ ਕਹਿੰਨੇ ਆ ਮਤਲਬ ਜਿੰਨੇ ਕੋਈ ਨਸ਼ਾ ਕੀਤਾ ਹੁੰਦਾ ਆ ਡਰੰਕ ਹੁੰਦਾ ਇਨਟੌਕਸੀਕੇਟਡ ਵੀ ਆਪਾਂ ਕਹਿ ਸਕਦੇ ਇਹਨੂੰ ਇਨਟੌਕਸੀਕੇਟਡ ਠੀਕ ਹੈ ਇਹਦਾ ਮਤਲਬ ਐ ਹੁੰਦਾ ਉਸ ਤੋਂ ਬਾਅਦ ਸਾਡੇ ਕੋਲ ਹੈ ਇਨਵਰਟਰੇਟ ਇੱਥੇ ਮੈਂ ਲਿਖਦੀ ਹਾਂ ਹਾਂਜੀ ਇਨਵਰਟਰੇਟ ਇਨ ਅਬਰੇਟਡ ਦਾ ਕੀ ਹੈ ਡਰੰਕ ਇਨਟੌਕਸੀਕੇਟਡ ਤੇ ਇਨ ਅਵਰਟਰੇਟ ਦਾ ਹੁੰਦਾ ਹੈ ਜਿਹੜੋਂ ਇਹਨੂੰ ਆਪਾਂ ਕਹਿ ਸਕਦੇ ਵੈਨ ਵੀ ਹੈਵ ਸਮ ਕਾਈਂਡ ਆਫ ਹੈਬਿਟ ਔਰ ਉਹ ਵੀ ਕਿਹੜੀ ਹੈਬਿਟ ਕੋਈ ਪਰਟਿਕੂਲਰ ਹੈਵਿੰਗ ਅ ਪਰਟਿਕੂਲਰ ਹੈਬਿਟ ਠੀਕ ਹੈ ਸਾਡੇ ਸਾਰਿਆਂ ਦੀ ਨਾ ਕੋਈ ਨਾ ਕੋਈ ਇੱਕ ਪਰਟਿਕੂਲਰ ਹੈਬਿਟ ਹੁੰਦੀ ਹੈ ਜਿਹੜੀ ਆਪਾਂ ਕਰਦੇ ਹੀ ਕਰਦੇ ਆ ਜਿਹੜੀ ਆਪਾਂ ਸਾਰੇ ਕਰਦੇ ਇੱਕ ਨਾ ਇੱਕ ਤਰ੍ਹਾਂ ਦਾ ਜਾਂ ਬੋਲਣ ਦੇ ਵਿੱਚ ਹੋ ਸਕਦਾ ਹੈ ਜਾਂ ਸਾਡੀ ਕੋਈ ਪਰਟਿਕੂਲਰ ਐਕਟੀਵਿਟੀ ਹੁੰਦੀ ਹੈ ਕਿ ਉਹ ਆਪਾਂ ਕਰਨਾ ਹੀ ਕਰਨਾ ਹੈ ਠੀਕ ਹੈ ਉਹ ਹੁੰਦਾ ਹੈਵਿੰਗ ਅ ਪਰਟਿਕੂਲਰ ਹੈਬਿਟ ਓਕੇ ਇਹ ਐਕਟੀਵਿਟੀ ਜਦੋਂ ਤੁਸੀਂ ਕਈ ਕਈ ਨਾ ਤੁਸੀਂ ਮੁੰਡਿਆਂ ਨੂੰ ਦੇਖਿਆ ਹੋਵੇਗਾ ਕਈ ਮੁੰਡਾ ਮਤਲਬ ਬਹੁਤ ਉਹਨਾਂ ਨੇ ਨਾ ਗੱਲ ਕਰਦੇ ਕਰਦੇ ਕੀ ਕਰਨਾ ਐਦਾਂ ਕਰੀ ਜਾਣਾ ਐਦਾਂ ਪਤਾ ਨਹੀਂ ਹੈ ਮੁੰਡਿਆਂ ਦੀ ਕੀ ਮਤਲਬ ਆਦਤ ਹੈ ਕੀ ਉਹਨਾਂ ਨੇ ਗੱਲ ਕਰਦੇ ਕਰਦੇ ਨਾ ਐਦਾਂ ਵਾਲ ਆਪਣੇ ਕਰੀ ਜਾਣਾ ਐਵੇਂ ਬੜੇ سارے ਮੁੰਡਿਆਂ ਨੂੰ ਮੈਂ ਦੇਖਿਆ ਤੇ ਉਹ ਉਹਨਾਂ ਦੇ ਕੀ ਹੋ ਜਾਂਦੀ ਹੈ ਹੈਬਿਟ ਹੋ ਜਾਂਦੀ ਹੈ ਠੀਕ ਹੈ ਇੱਕ ਪਾਰਟਿਕੂਲਰ ਐਕਟੀਵਿਟੀ ਹੋ ਜਾਂਦੀ ਹੈ ਕਿ ਉਹਨਾਂ ਉਹਨਾਂ ਨੇ ਗੱਲ ਕਰਦੇ ਵਕਤ ਐਦਾਂ ਐਦਾਂ ਕਰੀ ਜਾਣਾ ਵਾਲ ਆਪਣੇ ਸੈਟ ਕਰੀ ਜਾਣਾ ਠੀਕ ਹੈ ਹੁੰਦਾ ਨਾ ਕਈ ਲੋਕ ਲੋਕਾਂ ਨੂੰ ਹਾਂਜੀ ਨੈਕਸਟ ਹੈ ਸਾਡੇ ਕੋ ਇਨਫੈਲੀਸ਼ੀਅਸ ਹਾਂਜੀ ਇਨਫਲਿਸ਼ੀਅਸ ਦਾ ਮਤਲਬ ਕੀ ਹੁੰਦਾ ਹੁਣ ਇਨਫਲਿਸ਼ੀਅਸ ਜਿਹੜਾ ਮਤਲਬ ਹੁੰਦਾ ਨਾ ਬੱਚੇ ਉਹ ਤੁਹਾਡਾ ਹੈ ਕਿ ਨਾਟ ਐਪਰੋਪਰੀਏਟ অর ਵੈਲ ਟਾਈਮਡ ਠੀਕ ਹੈ ਬੀ ਇਜ਼ ਅ ਰਾਈਟ ਆਨਸਰ ਬੀ ਇਜ਼ ਦ ਰਾਈਟ ਆਨਸਰ ਐਣਾ ਦੇਖ ਲਿਓ ਐਰੋ ਜਿੱਧਰ ਪਈ ਹੈ ਨਾ ਉਹ ਰਾਈਟ ਆਨਸਰ ਆ ਠੀਕ ਹੈ ਹਨਾ ਜੋਤੀ ਸਹੁੰਦੋ ਹਾਂ ਬਿਲਕੁਲ ਹੁੰਦਾ ਨਾ ਅੱਧੇ ਮੁੰਡੇ ਹੁੰਦੇ ਆ ਦਨ ਇਨਵੋਲੂਟ ਦਾ ਕੀ ਮਤਲਬ ਹੁੰਦਾ ਕੋਈ ਚੀਜ਼ ਦੇ ਵਿੱਚ ਜਿਹੜਾ ਆਪਾਂ ਇਨਵੋਲਡ ਹੁੰਨੇ ਆ ਨਾ ਇਨਵੋਲਡ ਹੁੰਨੇ ਆ ਕਿਸੇ ਚੀਜ਼ ਦੇ ਵਿੱਚ ਜਿਹੜਾ ਆਪਾਂ ਇਨਵੋਲਵਮੈਂਟ ਹੁੰਦੀ ਆ ਸਾਡੇ ਇਨਵੋਲਡ ਹੁੰਨੇ ਆ ਥੈਟ ਮੀਨਸ ਵੀ ਆਰ ਬੀਂਗ ਇਨਵੋਲੂਟ ਇਨ 댓 ਥਿੰਗ ਕੋਈ ਕੁੜੀਆਂ ਨਹੀਂ ਕਰਦੀਆਂ ਮੈਂ ਤਾਂ ਮੁੰਡੇ ਹੀ ਦੇਖੇ ਜਦੋਂ ਦੇਖੇ ਹਾਂ ਕਦੀ ਇਧਰੋਂ ਵਾਲ ਸੈੱਟ ਕਰਦੇ ਕਦੀ ਉਧਰੋਂ ਵਾਲ ਸੈੱਟ ਕਰਦੇ ਕੀ ਐਸ ਅਸੀਂ ਕੁੜੀਆਂ ਇੱਕ ਵਾਰੀ ਅਸੀਂ ਬੰਨ ਬਣਾਗੇ ਨਾ ਬਸ ਰਾਮ ਦੇ ਨਾਲ ਬੈਠੀਆਂ ਰਹਿਣੀਆਂ ਅਸੀਂ ਫੇਰ ਕੁਝ ਨਹੀਂ ਕਰਦੇ ਯੰਗ ਇੱਕ ਵਾਰੀ ਗੁੱਤ ਕਰਕੇ ਬਸ ਮੁੰਡਿਆਂ ਨੇ ਬਾਰ ਬਾਰ ਅੱਧਰ ਨੂੰ ਹੱਥ ਆ। ਔਰ ਸਾਰੇ ਮੁੰਡਿਆਂ ਚ ਨਹੀਂ ਹੁੰਦਾ ਮੈਂ ਸਾਰੇ ਮੁੰਡਿਆਂ ਨੇ ਕਹਿ ਰਹੀ ਕਈ ਲੋਕਾਂ ਚ ਕਹਿ ਰਹੀਆਂ। ਦੈਟ ਮੀਨਸ ਉਹਨਾਂ ਉਹ ਕੀ ਹੈਗੇ ਨੇ ਇਨਵਰਟਰੇਟ। ਠੀਕ ਹੈ ਜੀ। ਹੋ ਬਲੈਂਕ ਸਲਾਈਡ। ਵਾਈ ਬਲੈਂਕ ਸਲਾਈਡ। ਚਲੋ ਭਈ ਵਸੇ ਮੈਂ ਦੱਸਿਆ ਹੁਣ ਸਾਡੇ ਕੋਲ ਟਾਈਮ ਕਿੰਨਾ ਰਹਿ ਗਿਆ 10 ਮਿੰਟ ਹੀ ਰਹਿ ਗਿਆ ਤੇ ਕੋਸ਼ਿਸ਼ ਕਰਾਂਗੀ ਕਿ ਮੈਂ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਵੋਕੈਬਲਰੀ ਦੇ ਜਿਹੜੇ ਵਰਡਸ ਐ ਉਹ ਮੈਂ ਤੁਹਾਨੂੰ ਕਰਾ ਸਕਾਂ ਤੇ ਹੁਣ ਆਪਾਂ ਕੀ ਸ਼ੁਰੂ ਕਰਦੇ ਆਂ ਆਪਾਂ ਵੋਕੈਬਲਰੀ ਸ਼ੁਰੂ ਕਰਦੇ ਆਂ। ਠੀਕ ਹੈ ਜੀ। तो थोड़े जे वर्ड्स जिन्हें भी हो सकन गए पाँच छे सत अठ जिन्हें हो सकन वो मैं हूँ टाइम कराऊंगी चलो पहला जरा वर्ड है ना पहला जो वर्ड है की है को, अबेस की है साढ़े को अबेस ठीक है फर्स्ट वर्ड इज अबेस हूं वोकैबलरी स्टार्ट हो गई है बी आप रोज हूँ क्लास के थोड़ी थोड़ी वोकैबलरी भी असी देखिया करनीके इस करके ਜ਼ਰੂਰ ਕਲਾਸ اٹینڈ ਕਰਨੀ ਹੈ ਕਿਸੇ ਨੇ ਵੀ ਕਲਾਸ ਮਿਸ ਨਹੀਂ ਕਰਨੀ ਠੀਕ ਹੈ ਚਲੋ ਨੈਕਸਟ ਦੇਖੋ ਅਬੀਸ ਹਾਂਜੀ ਅਬੀਸ ਦਾ ਮਤਲਬ ਹੁੰਦਾ ਬੱਚੇ ਅ ਅਬੀਸ ਦਾ ਮਤਲਬ ਹੁੰਦਾ ਜਦੋਂ ਆਪਾਂ ਕਿਸੇ ਨੂੰ ਨੀਵਾ ਵਿਖਾਉਨੇ ਆ ਨਾ ਅਸੀਂ ਕਿਸੇ ਨੂੰ ਨੀਵਾ ਵਿਖਾਉਨੇ ਆ ਹੈਨਾ ਉਹਦਾ ਮਤਲਬ ਹੁੰਦਾ ਅਬੀਸ ਕਿਸੇ ਨੂੰ ਨੀਵਾ ਦਿਖਾਣਾ ਓਕੇ ਡਾਊਨ ਟੂਅਰ ਦਾ ਕੋਸ਼ਣ ਨਹੀਂ ਆ सिर्फ मिरर देख सन मैं पता नहीं कितना टाइम हो गया मिरर देखे मतलब सिर्फ़ सवेर तक देख के आई हुई हाँ जो तैयार हुई स उस तो बाद नहीं कोई नहीं देखता मिरर ए अभी बिजी होंगे बहुत अपने काम चलो अबेस होंवा देखना दैट मीनस इंग्लिश आप कहेंगे डीग्रेड किसी जो आप डीग्रेड करते हैं ना दैट मीनस वी आर अबेसिंग दैम वैन वी डीग्रेड सम वन और सम थिंग दैट मीनस वी आर अबेसिंग दैट पर्टिकुलर थिंग हाँ टू डी वेरी गुड ਹਾਂਜੀ ਹਾਂ ਦੂਸਰਾ ਵਰਡ ਹੈ ਜਿਹੜਾ ਸਾਡੇ ਕੋ ਉਹ ਕੀ ਹੈ ਵਰਡ ਬੱਚੇ ਉਹ ਹੈ ਅਬੈਸ਼ ਠੀਕ ਹੈ ਅਬੈਸ਼ ਅਬੈਸ਼ ਦਾ ਮਤਲਬ ਹੁੰਦਾ ਇਹਦਾ ਵੀ ਮਤਲਬ ਕੀ ਹੁੰਦਾ ਇਹਦਾ ਬੇਸਿਕਲੀ ਮਤਲਬ ਹੁੰਦਾ ਕਿਸੇ ਦੀ ਬੇਇੱਜ਼ਤੀ ਕਰਨਾ ਕਿਸੇ ਦੀ ਬੇਇੱਜ਼ਤੀ ਕਰਨਾ ਉਹ ਹੁੰਦਾ ਅਬੈਸ਼ ਹਾਂਜੀ ਨੀਵਾ ਦੇਖਣਾ ਨੀਵਾ ਦਿਖਾਉਣਾ ਕਿਸੇ ਨੂੰ ਈ ਮੁੰਡੇ ਦਾ ਵੇਚਦੇ ਨੇ ਜਮੇ ਅਮਨ ਹਾ ਡਿਗ੍ਰੇਡ ਅ ਬੇਸ ਹੰਟੀ ਕਿਰਨ ਬਾਸੰਦੂ ਔਰ ਅਬੈਸ਼ ਹੁੰਦਾ ਹੈ ਬੱਚੇ ਕਿਸੇ ਨੂੰ ਮੈਂ ਦੱਸਿਆ ਸੀ ਬੇਇਜ਼ਤੀ ਕਰਨਾ ਕਿਸੇ ਦੀ ਬੇਇਜ਼ਤੀ ਕਰਨਾ ਪੰਜਾਬੀ ਚ ਆਪਾਂ ਕਹਿੰਦੇ ਨਾ ਉਹਨੇ ਉਹਦੀ ਬੜੀ ਬੇਇਜ਼ਤੀ ਕੀਤੀ ਠੀਕ ਆ ਹਾ ਬਿਲਕੁਲ ਸਾਨਾ ਵੈਰੀ ਗੁੱਡ ਠੀਕ ਹੈ ਅਬੈਸ਼ ਅਬੈਸ਼ ਕਰਨਾ ਕਿਸੇ ਦੀ ਬੇਇਜ਼ਤੀ ਕਰਨਾ 댓 ਮੀਨਸ ਟੂ ਅੰਬੈਰਸ ਸਮਵਨ ਓਕੇ ਟੂ ਅੰਬੈਰਸ embarrass okay, ओके किसे नु मतलब लज्जित करना बेइज्जती करनी बेइज्जती महसूस करवाणी नेक्स्ट ਹੁਣ ਅਬੈਸ਼ ਤੋਂ ਬਾਅਦ ਸਾਡੇ ਕੋ ਹੈ ਸਾਡੇ ਕੋ ਹਾਂਜੀ ਦੇਖੋ ਇਹ ਬੜਾ ਮਜ਼ੇ ਵਾਲਾ ਵਰਡ ਹੈ ਚਲੋ ਇਹਦਾ ਮਤਲਬ ਮੈਨੂੰ ਕੋਈ ਦੱਸ ਸਕਦਾ ਅਬੈਟਰ ਅਬੈਟਰ ਨੂੰ ਮੈਂ ਪੰਜਾਬੀ ਚ ਦੱਸ ਦਿੰਨੇ ਮੁੱਚੜ ਖਾਨੇ ਹੁੰਦੇ ਨਾ ਜਿਹੜੇ ਮੁੱਚੜ ਖਾਨੇ ਸੁਣਿਆ ਹੋਏਗਾ ਹਾਂਜੀ ਰਾਜਕੋਰ ਇਨਸਰਟਿੰਗ ਸਮਨ ਮੁੱਚੜ ਖਾਨੇ ਪੰਜਾਬੀ ਦੇ ਵਿੱਚ ਆਪਾਂ ਨੂੰ ਕਹਿੰਦੇ ਔਰ ਹਿੰਦੀ ਚ ਵੀ ਇਹਨੂੰ ਕਹਿੰਦੇ ਮੁੱਚੜ ਖਾਨਾ ਔਰ ਇਹ ਕਾਫੀ ਵਰੀ ਜਿਹੜਾ ਵਰਡ ਰਿਪੀਟ ਹੋਇਆ ਹੋਇਆ ਐਗਜ਼ਾਮਸ ਦੇ ਵਿੱਚ हाँ वेरी गुड आकाश वेरी गुड हां जी हाँ प्लेस वेयर एनिमल्स किल्ड ठीक है नो स्लॉटर हाउस भी कह सकते हैं स्लॉटर हाउस या फिर कोई प्लेस वेयर एनिमल्स आर किल्ड ठीक है ਤਾਂ ਨਹੀਂ ਸੁਣਿਆ ਵੈਰੀ ਗੁੱਡ ਚਲੋ ਹੁਣ ਨੈਕਸਟ ਹੈ ਸਾਡੇ ਕੋ ਅਬਡੀਕੇਟ ਔਰ ਐਮ ਤੁਹਾਨੂੰ ਅੱਛੇ ਲੈਵਲ ਦੇ ਨਾ ਤਿਆਰੀ ਕਰਾ ਰਹੀ ਆ ਪੰਜਾਬ ਐਕਸਾਈਜ਼ ਇਨਸਪੈਕਟਰ ਦੇ ਲੈਵਲ ਦੀ ਵਰਡਸ ਦੀ ਜਿਹੜੀ ਕਰਵਾ ਰਹੀ ਆ ਚਲੋ ਨੈਕਸਟ ਹੈ ਅਬਡੀਕੇਟ ਹਾਂਜੀ ਅਬਡੀਕੇਟ ਦਾ ਕੀ ਮਤਲਬ ਹੁੰਦਾ ਇਦਾਂ ਮੈਂ ਇੰਗਲਿਸ਼ ਦੇਖ ਦੇਣੀ ਆ ਲਿਖ ਦੇਣੀ ਆ ਵੇਖਦੀਆਂ ਕਿ ਤੁਹਾਨੂੰ ਇੰਗਲਿਸ਼ ਚ ਪਤਾ ਹੈ ਕਿ ਨਹੀਂ ਔਰ ਇਹ ਇਹਦਾ ਜੋ ਮੈਂ ਲਿਖ ਰਹੀ ਨੂੰ ਫਰੇਜ਼ਲ ਵਰਬ ਹੈ ਠੀਕ ਹੈ ਜੋ ਮੈਂ ਦਾ ਮਤਲਬ ਲਿਖ ਰਹੀ हूं ਫਰੇਜ਼ਲ ਵਰਬ ਹੈ ਔਰ abdicate ਇੱਕ ਵਰਡ ਹੈ ਔਰ ਇਹ ਕੀ ਹੈ ਫਰੇਜ਼ਲ ਵਰਬ ਦੋਨਾਂ ਦੇ ਜਿਹੜੇ मीनिंग ਜਿਹੜੇ ਸੇਮ ਹੁੰਦੇ ਆ ਦੱਸੋ ਕੀ ਆਏਗਾ abdicate give up ਦੋਨੋਂ ਦੇ मीनिंग ਜਿਹੜੇ ਆ ਉਹ ਸੇਮ ਰਹਿਣਗੇ वेरी गुड हाँ अमन वेरी गुड हाँ हो गई है गुरमेज साइड हिम्मत हार हम्म हाँ hmm. ah. ਵੈਨ ਵੀ ਲੀਵ ਸਮਥਿੰਗ ਜਦੋਂ ਆਪਾਂ ਛੱਡ ਦਿੰਨੇ ਆਪਾਂ ਤਾਂ ਕਲਪ ਕੁਲਪ ਕੇ ਛੱਡ ਦਿੰਨੇ ਨਹੀਂ ਬਈ ਮੈਂ ਹੁਣ ਹਾਰ ਮਾਰ ਗਿਆ ਹਾਂਜੀ ਮੈਂ ਗਿਵ ਅਪ ਕਰਤੀ ਬਈ ਮੈਂ ਨਹੀਂ ਕਰਨਾ ਛੱਡਤਾ ਕੰਮ ਠੀਕ ਹੈ ਛੱਡਤਾ ਕੰਮ ਮੈਂ ਨਹੀਂ ਕਰਨਾ ਹੁਣ ਦੈਟ ਮੀਨਸ ਵੀ ਗਿਵ ਅਪ ਆਪਾਂ ਕਈ ਵਾਰੀ ਕਹਿੰਨੇ ਵੀ ਹੈ ਨਾ ਕਿ ਯਾਰ ਮੈਂ ਤੇ ਹਾਰ ਗਈ ਉਹਨੂੰ ਮਨਾ ਮਨਾ ਕੇ ਮੈਂ ਹਾਰ ਗਈ ਉਹ ਇੰਨਾ ਬੋਲੀ ਮਤਲਬ ਐਡਾ ਭੈੜਾ ਹੈ ਕਿ ਮੰਨਦਾ ਹੀ ਨਹੀਂ ਪਿਆ ਜਾਂ ਮੰਨਦੀ ਹੀ ਨਹੀਂ ਪਈ ਮੈਂ ਹਾਰ ਗਈ ਹਾਂ ਹੈਨਾ ਦੈਟ ਮੀਨਸ ਵੀ ਆਰ ਗਿਵਿੰਗ ਅਪ ਹਾਂ

लिख रही द एक्ट ऑफ ए मतलब की है द एक्ट ऑफ हेल्पिंग हेल्पिंग सम वन द एक्ट ऑफ हेल्पिंग सम वन इन इन रॉन्ग डूइंग इन रॉन्ग डूइंग अच्छा थले वाला जो लिखिया देख रहे हैं सारे नू? ਹਾਂਜੀ ਅਬੈਟਮੈਂਟ ਦਾ ਮਤਲਬ ਕੀ ਹੁੰਦਾ ਹੈ ਦਾ ਐਕਟ ਆਫ ਹੈਲਪਿੰਗ ਸਮਵਨ ਇਨ ਰੋਂਗ ਡੂਇੰਗ ਕੋਈ ਬੰਦਾ ਮਤਲਬ ਕਿ ਰੋਂਗ ਡੂਇੰਗ ਰੋਂਗ ਡੂਇੰਗ ਹੁੰਦੀ ਹੈ ਕੋਈ ਗਲਤ ਕਰਦਾ ਹੋਏ ਨਾ ਕੋਈ ਚੀਜ਼ ਕੋਈ ਗਲਤ ਕੰਮ ਕਰਦਾ ਹੋਏ ਕੋਈ ਕਰਾਇਮ ਕਰਦਾ ਹੋਏ ਕੋਈ ਆਫੈਂਸ ਕਰਦਾ ਹੋਏ ਜਾਂ ਕੋਈ ਹੋਰ ਮੋਰਲ ਤਰੀਕੇ ਦੀ ਕੋਈ ਗਲਤ ਚੀਜ਼ ਕਰਦਾ ਹੋਏ ਠੀਕ ਹੈ ਉਹ ਹੁੰਦੀ ਹੈ ਰੋਂਗ ਡੂਇੰਗ ਉਹਨੂੰ ਆਪਾਂ ਕਹਿੰਦੇ ਰੋਂਗ ਡੂਇੰਗ ਤੇ ਉਹ ਐਕਟ ਜਦੋਂ ਆਪਾਂ ਕਿਸੇ ਦੇ ਗਲਤ ਕੰਮ ਦੇ ਵਿੱਚ ਜਦੋਂ ਕਿਸੇ ਦੇ ਗਲਤ ਕੰਮ ਦੇ ਵਿੱਚ ਸਾਥ ਦਿੰਨੇ ਆ ਹਨਾ ਐਕਟ ਕਰਦੇ ਆ ਉਹਨੂੰ ਆਪਾਂ ਕਹਿੰਦੇ ਅਬੈਟਮੈਂਟ ਹਾਂ ਗਲਤ ਕੰਮ ਕਰਨ ਚ ਸਾਥ ਦੇਣਾ ਠੀਕ ਹੈ ਅਬੈਟਮੈਂਟ ਦ ਐਕਟ ਆਫ ਹੈਲਪਿੰਗ ਸਮਵਨ ਇਨ ਰੋਂਗ ਡੂਇੰਗ ਬੱਚੇ ਇੱਕ ਕੰਮ ਹੋਰ ਕਰ ਦੋ ਹੁਣ ਮੈਂ ਤੁਹਾਨੂੰ ਇਹਨੇ ਵਧੀਆ ਵਧੀਆ ਵੀ ਜਿਹੜੇ ਆ ਕਰਵਾ ਰਹੀਆਂ ਵਰਡਸ ਕਰਵਾ ਰਹੀਆਂ ਕਲਾਸ ਦਾ ਟਾਈਮ ਵੀ ਹੋ ਚੱਲਾ ਆ ਮੈਂ ਹਜੇ ਹੋਰ ਵੀ ਕਰਾਣਾ ਚਾਹਨੀ ਆ ਤੇ ਇੰਨੇ ਜਣੇ ਤੁਸੀਂ ਮੈਨੂੰ ਦੇਖ ਰਹੇ ਹੋ ਲਾਈਕਸ ਇੰਨੇ ਘੱਟ ਕਿਉਂ ਆ ਫਟਾਫਟ ਲਾਈਕ ਕਰ ਦੋ ਫਿਰ ਮੈਂ ਹੋਰ ਵਰਡਸ ਕਰਾਣੀ ਆ ਫਟਾਫਟ ਲਾਈਕ ਕਰ ਦੋ ਫਿਰ ਮੈਂ ਹੋਰ ਵਰਡਸ ਕਰਾਣੀ ਆ ਤੁਹਾਨੂੰ सैशन बच्चे लाइक जरूर कराया करो बस ओ का वाला काम कम करे करो खादे पीते गए और बस डकार चले गए ठीक है वर्ड्स जो हो और भी कराऊंगी लेकिन उस तो पहले की चाहिए लाइक चाहिए चलो फटाफट -फड़ लाइक करो हम अनलाइक ना कर बैज जिन्होंने ऑलरेडी लाइक किया होया फाफट चलो लाइक करो सैशन हाँ एंटी सोशल एक्टिविटी थैंक यू ज्योति शर्मा <laughs> अच्छा बच्चे पहले तो ਤੁਸੀਂ ਆਪਣਾ ਨਾਮ ਦੱਸੋ ਤੁਸੀਂ ਡਾਊਨ ਟੂ ਅਰਥ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਹੋ ਠੀਕ ਹੈ ਸਾਡੇ ਚੈਨਲ ਤੇ ਆਏ ਹੋ ਆਪਣਾ ਨਾਮ ਦੱਸੋ ਕੀ ਆ ਪਹਿਲੀ ਵਾਰੀ ਆਏ ਹੋ ਤੇ ਆਪਣਾ ਨਾਮ ਦੱਸੋ ਕਿਉਂਕਿ ਮੇਰੀ ਮੈਂ ਕ ਆਪਣੀ ਕਲਾਸ ਵਿੱਚ ਤੁਹਾਨੂੰ ਨਹੀਂ ਦੇਖਿਆ ਆਸਾਨ ਫਰਮੋਸ਼ੀ ਹਾਂ ਬਿਲਕੁਲ ਥੈਂਕ ਯੂ so much students thank you so much ਅੱਜ ਜੇ ਮੈਂ ਕਲਾਸ ਵੀ ਛੱਡਣ ਨੂੰ ਦਿਲ ਨਹੀਂ ਕਰਦਾ ਤੁਸੀਂ ਇੰਨੇ ਲਾਈਕਸ ਦੇ ਦਿੱਤੇ ਮੈਨੂੰ ਹਾਂਜੀ ਚਲੋ ਨੈਕਸਟ ਇੱਕ ਹੋਰ ਵਰਡ ਕਰਦੇ ਆ ਉਹ ਕੀ ਹੈ ਸਾਡੇ ਕੋਲ ਬਹੁਤ ਹੀ ਅਹਿਮ ਤਾਂ ਕਰਵਾਇਆ ਵੀ ਹੋਇਆ ਸ਼ਾਇਦ 6th ਵਰਡ ਹੋਣਾ ਸੀ ਨਾ ਇਹਨੇ ਹਾਂ ਅਬੈਰੈਂਟ ਇਹਦਾ ਕੀ ਆਈਗਾ ਬੱਚੇ ਅਬੈਰੈਂਟ A ਅਬੈਰੈਂਟ ਹਾਂਜੀ ਅਬੈਰੈਂਟ ਦਾ ਮਤਲਬ ਹੁੰਦਾ ਬੱਚੇ ਸਮਥਿੰਗ ਵਿਚ ਇਜ਼ ਨਾਟ ਨਾਰਮਲ ਸਮਥਿੰਗ ਵਿਚ ਇਜ਼ ਅਬਨਾਰਮਲ ਸਮਥਿੰਗ ਵਿਚ ਇਜ਼ ਅਬਨੋਰਮਲ ਜਿਹੜੀ ਮਤਲਬ ਜਿਹੜੀ ਚੀਜ਼ ਜਿਹੜੀ ਨਾਰਮਲ ਨਾ ਹੋਵੇ ਨਾ ਉਹਨੂੰ ਆਪਾਂ ਕਹਿੰਦੇ ਆ ਅਬੈਰੈਂਟ ਥੈਂਕ ਯੂ ਜੋਤੀ ਸ਼ਰਮਾ ਚਲੋ ਅਬੈਰੈਂਟ ਹਾਂਜੀ ਅਬਨਾਰਮਲ ਜੇ ਕੋਈ ਚੀਜ਼ ਜਿਹੜੀ ਨਾਰਮਲ ਨਹੀਂ ਹੁੰਦੀ ਨਾ ਜਿਹੜੀ ਸਮਾਨਯੋਂ ਤੋਂ ਜਿਹੜੀ ਪਰੇ ਹੁੰਦੀ ਆ ਸਮਾਨਯ ਚੀਜ਼ ਤੋਂ ਜਿਹੜੀ ਪਰੇ ਹੁੰਦੀ ਆ ਨਾਰਮੈਲਿਟੀ ਤੋਂ ਜਿਹੜੀ ਪਰੇ ਹੁੰਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ ਅਬਨਾਰਮਲ ਇਥੋਂ ਅਬ ਤੋਂ ਯਾਦ ਰੱਖ ਲਓ ਇੱਕ ਬੱਚਾ ਸ਼ਾਰਟ ਟ੍ਰਿਕ ਪੁੱਛ ਰਿਆ ਸੀ ਅਬ ਤੋਂ ਯਾਦ ਰੱਖ ਲਓ ਬਈ ਅਬ ਅਬ ਇਧਰ ਵੀ ਅਬ ਉਧਰ ਵੀ ਅਬ ਠੀਕ ਹੈ ਅਬੈਰੈਂਟ ਅਬਨਾਰਮਲ ओके okay, चलो भाई ਤੁਹਾਡੇ ਰਾਜ ਸਰ ਆ ਗਏ ਆ ਸਾਰੇ ਜਣੇ ਹੁਣ ਜਿੰਨੇ ਬੱਚੇ ਤੁਸੀਂ ਮੇਰੇ ਕੋਲ ਹੋ ਸਾਰੇ ਜਣੇ ਚਲੋ ਰੀਜ਼ਨਿੰਗ ਦੀ ਸਰ ਰੀਜ਼ਨਿੰਗ ਦੀ ਕਲਾਸ ਸਾਡੀ ਹਾਂਜੀ ਹਾਂਜੀ ਬਿਲਕੁਲ ਹੁਣ ਸਾਰੇ ਬੱਚਿਆਂ ਨੇ ਰੀਜ਼ਨਿੰਗ ਦੀ ਕਲਾਸ ਚੱਲ ਜਾਣਾ ਵਾ ਰੀਜ਼ਨਿੰਗ ਦੀ ਕਲਾਸ ਜ਼ਰੂਰ ਲਗਾਣੀ ਹੈ ਸਰ ਬਹੁਤ ਵਧੀਆ ਕੰਟੈਂਟ ਲੈ ਕੇ ਆਉਂਦੇ ਆ ਔਰ ਸਰ ਮੈਨੂੰ ਪਤਾ ਲੱਗਾ ਕਿ ਤੁਸੀਂ ਮਤਲਬ ਐਕਸਰਸਾਈਜ਼ ਕੁਝ ਵਧੀਆ ਵਧੀਆ ਜਿਹੜੇ ਟ੍ਰਿਕਸ ਵੀ ਉਹ ਵੀ ਜਿਹੜੇ ਤੁਸੀਂ ਕਰਾਉਂਦੇ ਹੋ ਆਪਣੀ ਕਲਾਸ ਦੇ ਵਿੱਚ ਮੈਂ ਹੀ ਸਰ ਅੱਜ ਦਾ கிளாਸ ਵਿੱਚ ਇੱਕ ਕੁਐਸਚਨ ਮੈਂ ਉਹ ਪੜਿਆ ਜਿਹੜਾ 18+18 ਵਾਲਾ ਸੀ ਨਾ ਮੈਨੂੰ ਅੱਜ ਪਤਾ ਲੱਗਾ ਕਿ ਕਿੱਦਾਂ ਤੇ ਬਹੁਤ ਵਧੀਆ ਟ੍ਰਿਕਸ ਜਿਹੜੇ ਰਾਜ ਸਰ ਰੀਜ਼ਨਿੰਗ 'ਚ ਕਰਾਉਂਦੇ ਆ ਤੇ ਕਿਸੇ ਨੇ ਮਿਸ ਨਹੀਂ ਕਰਨੀ ਠੀਕ ਹੈ ਜੀ ਚਲੋ ਹੁਣ ਇਸ ਦੇ ਨਾਲ ਇਨਾ ਹੀ ਬੱਚੇ ਸੌਰੀ ਕਿਉਂਕਿ ਰਾਜ ਸਰ ਆ ਚੁੱਕਿਆ ਤੇ ਰੀਜ਼ਨਿੰਗ ਦੀ ਕਲਾਸ ਲਗਣੀ ਹੈ ਮੈਂ ਹੋਰ ਵਰਡਸ ਕਰਾਉਣਾ ਚਾਹੁੰਦੀ ਸੀ ਬਟ ਕੋਈ ਗੱਲ ਨਹੀਂ ਆਪਾਂ ਕੱਲ ਕੰਟੀਨਿਊ ਕਰਾਂਗੇ ਠੀਕ ਹੈ ਓਕੇ ਬਾਏ ਟੇਕ ਕੇਅਰ एवरीवन ਤੇ ਇੱਕ ਹੋਰ ਗੱਲ ਬਈ ਡਬਲ ਵੈਲਿਡਿਟੀ ਚੱਲ ਰਹੀ ਆ ਔਰ ਕੋਡ ਤੁਸੀਂ ਜਿਹੜਾ ਨਾ 539 ਯਾਦ ਰੱਖਣਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਪ੍ਰੋਸੀਜਰ ਬਹੁਤ ਵਾਰੀ ਦੱਸਿਆ ਹੋਇਆ ਔਰ ਸਾਰਿਆਂ ਨੇ ਯਾਦ ਰੱਖਣਾ ਠੀਕ ਹੈ Y 539 ਔਰ ਇੱਕ ਹੋਰ ਗੱਲ ਸਾਰਿਆਂ ਨੂੰ PDF ਜਿਹੜੀ ਆ ਮਿਲ ਜਾਏਗੀ ਡੋਨਟ ਵਰੀ ਬਾਏ ਟੇਕ ਕੇਅਰ एवरीवन ਜੋ ਕਰਵਾ ਰਹੀ ਹੈ ਨਾ ਬਲਜਿੰਦਰ ਉਹੀ ਹੋਏਗਾ